ਠੀਕ ਹੈ ਮੇਰੇ ਭਰਾ ਓਏ ਮੈਚ ਆ ਸੈਕੰਡ ਸੈਮੀ ਤੇ ਪਟਾਕੇ ਵੇਖੋ ਪੈਂਦੇ ਉਧਰ ਭਨਿਆਰੀ ਫਿਰੋਜ਼ਾ ਬੀ ਫਾਈਨਲ ਚ ਕਮੈਂਟ ਭਾਈ ਰੁਕ ਕੇ ਪੜ੍ਹਦੇ ਮਾੜਾ ਵੇਟ ਕਰਿਓ ਮੈਂ ਥੋੜਾ ਰੁਕ ਕੇ ਪੜ੍ਹਦੇ ਹਾਂ ਵੇਟ ਕਰਿਓ ਵੇਟ ਫਾਈਨਲ ਚ ਫਿਰੋਜ਼ਾ ਬੀ ਟੀਮ ਹੈ ਵਾਹ ਮੁੜਿਓ ਦਾਰਾ ਜੀ ਗੁਰਪਿਆਰ ਬਾਠ ਬਾਬਾ ਧੰਨਵਾਦ ਦੇਖੀ ਵੀਰੇ ਬਾਈ ਜੀ ਧੋਠੀ ਜੋੜੇ ਵੀਰੇ ਇੱਧਰ ਸ਼ਾਸਤਰੀ ਯੂਪੀ ਵਾਲਾ ਕਹਿੰਦੇ ਸ਼ਾਸਤਰੀ ਵੀ ਲੈ ਨੰਦ ਮਾਰ ਰਿਹਾ ਕੱਲਾ ਮੇਲੇ ਦਾ ਜੇਤੂ ਰਿਹਾ ਮੈਚ ਆ ਬਾਲਾ ਤਕੜਾ ਖੇਡਿਆ ਜਾਣਾ ਮਾੜੇ ਦਿਲਾਲੇ ਨਾ ਦੇਖੋ ਆਪੇ ਕਹਿੰਦੇ ਦਿਲਾਂ ਦੀਆਂ ਧੜਕਣਾਂ ਤੇਜ਼ ਕਰ ਦੇਣੀਆਂ ਇਹਦੇ ਤੇ ਬੋਲਤਾਂ ਦੇ ਜੇਤੂ ਖੇਡ ਰਹੇ ਹੈ ਗੱਡੀਆਂ ਦੇ ਜੇਤੂ ਖੇਡ ਰਹੇ ਹੈ ਬਾਲਾ ਗੱਟਾ ਮੈਚ ਖੇਡਿਆ ਜਾ ਰਿਹਾ ਨਿਟਮੈਨ ਵੀ ਕਹਿੰਦੇ ਕਮਾਲ ਦੇ ਤਿੰਨੋਂ ਟੀਮਾਂ ਦੇ ਖੇਡ ਮੈਦਾਨ ਦੇ ਵਿੱਚ ਵੱਡਾ ਮੁਕਾਬਲਾ ਆਪਾਂ ਦੇਖ ਰਹੇ ਹੈ ਪੱਤਰ ਕਹਿੰਦੇ ਸਰੇ ਦੀ ਖੇਡ ਮੈਦਾਨ ਦੇ ਵਿੱਚ ਉਧਰ ਭਨਿਆਰੀ ਵਾਲਾ ਰਾਮੇ ਸਰਪੰਚ ਦਾ ਪੁੱਤਰ ਆਓ ਉਧਰ ਕਹਿੰਦੇ ਚਿੱਕਿਆਂ ਵਾਲਾ ਪਿੰਡਾ ਖੇਡ ਰਿਹਾ ਪੱਤਰ ਗੱਡੀ ਹੈ ਕਰਿਓ ਮੁੰਡਿਓ ਖਿੱਚ ਕੇ ਸਿਰ ਨੱਪੀ ਹੋ ਕੰਮ ਨੂੰ ਉਧਰ ਜੱਗਾ ਗੱਲ ਭਨਿਆਰੀ ਵਾਲਾ ਕਹਿੰਦਾ ਵੀ ਭਨਿਆਰੀ ਜਿੱਤ ਗਈ ਤੇ ਕੀ ਸੋਨਾ ਮਾਨ ਕਰ ਦਿਆਂਗੇ ਆਹ ਮੈਚ ਤੇ ਕਹਿੰਦੇ ਬੜੇ ਟੌਪ ਦਾ ਹੈ ਚੱਗਾਂ ਦੀ ਧਰਤੀ ਦਾ ਪਿੰਡਾ ਹੈ ਉਹ ਕੋਟ ਗੁਰੂ ਵਾਲਾ ਵੀ ਅੱਜ ਬੁਲਟ ਜਿੱਤਣ ਨੂੰ ਫਿਰਦਾ ਹੈ ਔਰ ਚੱਗਿਆਂ ਵਾਲਾ ਕਹਿੰਦੇ ਵੱਡੀ ਗਲਤੀ ਕਰ ਗਿਆ ਦਾਦਾ ਜੀ ਦੱਸੋ ਨੰਬਰ ਜਰਾ ਕਿੰਨੇ ਕਿੰਨੇ ਹੋ ਗਏ ਹੈ ਦੱਸੋ ਨੰਬਰ ਇੱਕ ਨੰਬਰ ਹੈ ਸਰਵੰਤ ਹੈ ਉਹ ਹਲੇ ਤੇ ਸਰਵੰਤਾ ਮਿੱਤਰਾ ਬਖਸ਼ੇ ਕਾਜ ਦੀਆਂ ਬੜੀਆਂ ਲੰਬੀਆਂ ਰਾਖਾਂ ਨੇ ਫਾਈਨਲ ਚ ਫਿਰੋਜ਼ਾ ਬੀ ਟੀਮ ਤਾਜ ਦੀਆਂ ਆਓ ਸਰਤਿੰਦਰ ਤੇ ਸਰਤਾਜ ਫਿਰੋਜ਼ਾ ਬੀ ਟੀਮ ਲੈ ਚੱਕਿਆ ਵਾਲਾ ਤਰਸੇਮ ਬੜੀ ਵੱਡੀ ਕਹਿੰਦੇ ਟੱਕਰ ਖੇਡੀ ਜਾ ਰਹੀ ਹੈ ਬਿੰਦੇ ਵਰਗੇ ਸਿਰੇ ਦੀ ਟੱਕਰ ਹੈ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਉਧਰ ਪੌਦਿਆਂ ਵਾਲਾ ਕਹਿੰਦੇ ਫੈਸਲੇ ਕਰਦਾ ਬਿਲਕੁਲ ਗੱਲਾਂ ਬਰਾਬਰੀ ਤੇ ਹੈ ਇੱਕ ਇੱਕ ਨੰਬਰ ਹੈ ਉਹ ਕੋਟ ਗੁਰੂ ਵਾਲਾ ਬੋਲਟਾਂ ਵਾਲੀਆਂ ਬੁਰਾ ਲੱਗਦੀਆਂ ਪਰ ਬਾਲ ਕਹਿੰਦੇ ਫਾਲ ਤੇ ਸਫਲਤਾ ਜੁੜ ਗਈ ਹੈ ਫਿਰ ਭਨਿਆਰੀ ਦੀ ਟੀਮ ਦੇ ਖਾਤੇ ਵਾਹ ਮੁੜਿਓ ਫਿਰੋਜ਼ਾ ਬੀ ਫਾਈਨਲ ਦਾ ਵੀਰੇ ਭੁਪਿੰਦਰ ਬਾਈ ਪ੍ਰਕਾਸ਼ ਗੁਰਪਿਆਰ ਗੁਰਸਿਮਰਨ ਬਹੁਤ ਧੰਨਵਾਦ ਥੈਂਕ ਯੂ ਟਾਈਮ ਕਿਉਂ ਲੱਗਿਆ 10 ਵੱਜ ਗਏ ਆ ਆਓ 10 ਵੱਜ ਗਏ ਆ ਖੰਜਰ ਵਾਲੀਆ ਭੁਪਿੰਦਰ ਸਾਰੀਆਂ ਹੁਣ ਕਿੱਥੋਂ ਪਾਸ ਕਰਨਗੇ ਮੁੰਡੇ
ਰੈਂਬੋ ਵਧੀਆ ਵਧੀਆ ਰੈਂਬੋ ਠੀਕ ਹੈ ਵੀਰੇ। ਜਿਹੜੇ ਵੀਰਾਂ ਦੀਆਂ ਗੱਡੀਆਂ ਰਸਤੇ ਚ ਖੜੀਆਂ ਜੀ ਸਾਈਡ ਤੇ ਕਰਦੇ ਹੋ ਨਾਭਾ ਕੈਲਬਰ ਕੀ ਆਖ ਰਹੀ ਹੈ ਸਾਹਮਣੇ ਕਹਿੰਦੇ ਪਿੰਦਰ ਨੇ ਟੱਪਾ ਪਵਾ ਦਿੱਤਾ ਹੈ ਤੇ ਅਗਲੀ ਸਰਵੇ ਕਰਨ ਲਈ ਕਹਿੰਦੇ ਭਣਿਆਰੀ ਵਾਲਾ ਪਿਆਰ ਵਰਤਿਆਰ ਹੈ ਮਾਤਾ ਕਲਾਵਤੀ ਦੇਵੀ ਦੀ ਮੁੰਡੇ ਦਾ ਮਾਣ ਵੀ ਕਹਿੰਦੇ ਬੁਲਟ ਦੇ ਨਾਲ ਕੀਤਾ ਦਵਿੰਦਰ ਬਰਾੜ ਰਹਿੰਦੇ ਜੂਏ ਸੀ ਪਰ ਸਫਲਤਾ ਪਾਣਾ ਮਿਲੇਗੀ ਆ ਕੇ ਜੱਸੀ ਨੂੰ ਜਦੋਂ ਤਿੰਨ ਨੰਬਰ ਹੋ ਗਏ ਚਾਰ ਹੋ ਗਏ ਇੱਧਰ ਖਾਤਾ ਇੱਕ ਹੋਰ ਵਨ ਚਾਰ ਤੇ ਇੱਕ ਦੀ ਟੱਕਰ ਹਰਿਆਣੇ ਤੇ ਪੰਜਾਬ ਦਾ ਇੱਕ ਮੈਚ ਮਿੱਤਰ ਉੱਡੀ ਜਾਣ ਗਈਆਂ ਮੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹੋ ਕਰਦੇ ਟੀਮਾਂ ਦੋਨੋਂ ਚੰਗੀਆਂ ਉਹ ਟੀਮਾਂ ਦੋਨੋਂ ਚੰਗੀਆਂ ਮੈਚ ਕਹਿੰਦੇ ਪਾਲਾ ਤਕੜਾ ਸੈਂਪੀ ਤੇ ਫਾਈਨਲ ਦੇ ਨੰਬਰ ਲਿਖੇ ਜਾ ਰਹੇ ਹੈ ਸੈਂਪੀ ਤੇ ਫਾਈਨਲ ਦੇ ਵਿੱਚ ਸਾਡੇ ਵੀਰ ਦੇਖ ਰਹੇ ਹੈ ਕਿਹੜਾ ਪਦ ਤੈਅ ਕਰਦਾ ਕਿਹੜਾ ਪਦ ਉਹ ਬੋਲਟ ਦਾ ਹੱਕਦਾਰ ਹੋਣਾ ਗੱਲਾਂ ਫਾਈਨਲ ਨੀ ਦੇਖਿਆ ਜਾਣਾ ਇਹ ਦੋਨੋਂ ਟੀਮਾਂ ਬੋਲਟ ਰੱਖਣਗੀਆਂ ਇਹਦਾ ਬੋਲਟ ਦਾ ਹੱਕਦਾਰ ਬਣਦਾ ਮੈਚ ਕਹਿੰਦੇ ਦੋਨੋਂ ਸੈਮੀ ਇੱਕ ਨੇ ਸੈਮੀ ਦੇਖਿਆ ਦੂਜਾ ਮੁੰਡੇ ਦੇਖ ਰਹੇ ਹੈ ਖੇਡ ਮੈਦਾਨ ਦੇ ਵਿੱਚ ਬੜਾ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਭੁਟਿਆਰੀ ਵਾਲਾ ਖੇਡ ਮੈਦਾਨ ਦੇ ਵਿੱਚ ਬੜੀ ਵਾਸੀਆਂ ਵੇਖਦਾ ਵਾਸੀਆਂ ਵੇਖ ਪਿੰਡ ਬੱਲੀ ਕਨੇਡਾ ਦਾ ਚਹੇਤਾ ਤੇ ਬੱਲੀ ਕਨੇਡਾ ਵੀ ਆ ਗਿਆ ਲੈਬ ਤੇ ਯਾਰਾਂ ਦਾ ਯਾਰ ਹੈ ਉਹ ਬੱਲੀ ਕਨੇਡਾ ਵਾਲਾ ਵੀ ਆ ਗਿਆ ਵੀ ਬੱਲੀ ਬਾਈ ਬੋਲਟ ਦਿੱਤੇ ਜਾਂਦੇ ਅੱਜ ਉਹ ਜੀਵਨ ਕਨੇਡਾ ਵੱਡੀਆਂ ਚ ਬੋਲਟ ਹੋਣਗੇ ਕਿਹੜੇ ਖਿਡਾਰੀ ਅੱਜ ਬੋਲਟਾਂ ਦੇ ਜੇਤੂ ਬਣਦੇ ਹੈ ਤੇ ਬੱਲੀ ਨੇ ਕਹਿੰਦੇ ਮਣੀ ਦਾ ਮਾਣ ਬੁਲਟ ਦੇ ਨਾਲ ਕੀਤਾ ਗੱਲਾਂ ਕਹਿੰਦੇ ਬੁਲਟਾਂ ਦੀਆਂ ਹੋਈਆਂ ਲੋਕ ਕਹਿੰਦੇ ਪਿੰਦਰ ਚੰਗਿਆਂ ਦਾ ਪਿਆਰ ਦਾ ਪਿਆਰ ਹੈ ਉਧਰ ਬੱਲੀ ਕਹਿੰਦਾ ਵੀ ਗੱਡੀ ਦੇਣੀ ਆ ਸਕਾਰਪੀਓ ਉਹ ਕਿਹੜੇ ਖਿਡਾਰੀ ਲਈ ਹੋਵੇਗੀ ਉਹਦੀ ਲਾਣ ਹੋ ਜਾਣਗੇ ਬਸ ਲਾਣ ਹੋਣੇ ਬਾਕੀ ਹੈ ਲਾਣ ਹੋਣੇ ਬਾਕੀ ਹੈ ਓਕੇ ਮਣੀ ਦੀਆਂ ਸੱਤ $200 ਦੀਆਂ ਮਣੀ ਦੀਆਂ ਸੱਤ $200 ਸਾਡੇ ਮਣੀ ਨੱਚੀ ਮਨੋਲੀ ਵਾਲੇ ਚੇਚੇ ਤੌਰ ਤੇ ਆ ਗਿਆ ਮੋਸਟ ਵੈਲਕਮ ਜੀਐਨ ਹੈ ਮਣੀ ਬਾਈ ਕਹਿੰਦੇ ਖੇਡਾਂ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਮਣੀ ਬਾਈ ਵੀ ਸਾਡਾ ਪੁੱਜਿਆ ਹੋਇਆ ਮਣੀ ਦੀਆਂ ਸੱਤ ਬਾਲਾਂ $200 ਦੀਆਂ ਵੱਡਾ ਧੰਨਵਾਦ ਹੈ ਉੱਧਰ ਕਹਿੰਦੇ ਬੱਲੀ ਪੁੜੀਆਂ ਕਹਿੰਦਾ ਵੀ ਮਣੀ ਦੀਆਂ ਸੱਤ ਬਾਲਾਂ $200 ਦੀਆਂ $200 ਦੀਆਂ ਹੋਣਗੀਆਂ ਜੇ ਮਣੀ ਸੱਤ ਬਾਲਾਂ ਪ੍ਰੈਸ ਕਰਦਾ ਮਾਣ ਸਨਮਾਨ ਕੀਤੇ ਜਾਣੇ ਹੈ ਸੁੱਖ ਪਜੇਟਾ ਤੇ ਕੋਰੀਅਰ ਗਿੱਲ ਕਰਿਓ ਕਰਿਓ ਸ਼ੇਰ ਮੁੰਡੇ ਖਿੱਚ ਕੇ ਨੱਪੀਓ ਗਿੱਲੀ ਹਰਜੀਤ ਚਹਿਲ ਬਾਬਾ ਦਰਬਾਰ ਸੋਹਣਾ ਮੈਚ ਹੈ ਉਧਰ ਬੜੀ ਨੱਪ ਵੀ ਆ ਗਿਆ ਉਹ ਗੱਲਾਂ ਕਹਿੰਦੇ ਪੱਟੀਆਂ ਯਾਰਾਂ ਦਾ ਯਾਰ ਹੈ ਬੜੀ ਨੱਪ ਵੀ ਪੁੱਜ ਗਿਆ ਚੁੱਕਿਆ ਨਾ ਕਮਾਲ ਕਰਤੀ ਹੈ ਸੋਹਣਾ ਚਾਰ ਚਾਰ ਨੰਬਰ ਹੋ ਗਏ ਚਾਚਾ ਜੀ
ਚਾਰ ਬਣ ਹੋ ਗਏ ਮਾਰਦੇ ਮੈਚ ਬੜਾ ਤਕੜਾ ਖੇਡਿਆ ਜਾਣਾ ਚਾਰ ਚਾਰ ਨੰਬਰ ਹੈ ਚਾਰ ਚਾਰ ਨੰਬਰ ਹੈ ਖੇਡ ਮੈਦਾਨ ਦੇ ਵਿੱਚ ਬਰਾਬਰੀ ਦੇ ਮੈਚ ਹੈ ਇਹ ਨੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿਹੜੀ ਟੀਮ ਨੇ ਜਿੱਤਣਾ ਨੰਬਰ ਕਹਿੰਦੇ ਚਾਰ ਚਾਰ ਦੋਨੋਂ ਟੀਮਾਂ ਦੇ ਪਿੱਤਰ ਕੱਲਾ ਕੱਲਾ ਨੰਬਰ ਗਿਣਿਆ ਜਾ ਰਿਹਾ ਸੈਮੀ ਦਾ ਕੱਲਾ ਕੱਲਾ ਨੰਬਰ ਗਿਣਿਆ ਜਾ ਰਿਹਾ ਇਹ ਕਿਹੜੇ ਮੁੰਡੇ ਫਾਈਨਲ ਵੱਲ ਪੁੱਜਦੇ ਹੈ ਕੱਲਾ ਕੱਲਾ ਨੰਬਰ ਕਹਿੰਦੇ ਗਿਣਿਆ ਜਾ ਰਿਹਾ ਬੜਾ ਤਕੜਾ ਮੈਚ ਹੈ ਸਫਲਤਾ ਫਿਰ ਕਹਿੰਦੇ ਭੁਨਿਆਰੀ ਦੀ ਟੀਮ ਦੇ ਖਾਤੇ ਜੁੜ ਗਈ ਹੈ ਇੱਕ ਇੱਕ ਨੰਬਰ ਖੇਡ ਮੈਦਾਨ ਦੇ ਵਿੱਚ ਬੜਾ ਕੀਮਤੀ ਹੈ ਟੀਮਾਂ ਵੀ ਕਹਿੰਦੇ ਬੜੀਆਂ ਮੰਨੀਆਂ ਪ੍ਰਵੰਡੀਆਂ ਟੀਮਾਂ ਫਿਰ ਸਿਰੇ ਦੀ ਖੇਡੀ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ ਐਵੇਂ ਨਾ ਜਿੰਦੇ ਮਾਣ ਬਾਬਾ ਬੋਲ ਬਾਬਾ ਕਰੀਏ ਬੋਲੀਏ ਨਾ ਬੋਲ ਬੰਦਾ ਰੱਬ ਕੋਲ ਕਰੀਏ ਉਹ ਨਿਕਲੀ ਗੱਲ ਨਾ ਮੂੰਹ ਵਿੱਚ ਪੈਂਦੀ ਜਦੋਂ ਬੰਦਾ ਪੈਰ ਛੱਡ ਜੇ ਬੁੱਢੀ ਕਿਹੜੀ ਕਿਹੜੀ ਅਸਮਾਨੇ ਕੋਟ ਗੁਰੂ ਵਾਲਾ ਇਹਦੇ ਪਾਲੀਆਂ ਤੇਜ ਮਾਰਦਾ ਦੇਖਣ ਵੀ ਬੜੇ ਕਰਦਾ ਕੋਟ ਗੁਰੂ ਵਾਲਾ ਐਕਸ਼ਨ ਹੋ ਜਾਣ ਤੇ ਗੱਲਾਂ ਬਾਤਾਂ ਵੱਖਰੀਆਂ ਹੋ ਜਾਣੀਆਂ ਪੰਜ ਵੇ ਜਾਂਦਾ ਜੀ ਗੇਂਜ ਹੈ ਚਾਰ ਚਾਰ ਨੰਬਰ ਹੈ ਰਜਿੰਦਰ ਕੁਮਾਰ ਕਰੀ ਫਿਰਦੇ ਹੈ ਨੰਬਰ ਚਾਰ ਚਾਰ ਹੈ ਨੰਬਰ ਚਾਰ ਚਾਰ ਹੈ ਚੁੱਕਣ ਦਾ ਪਿਆਰ ਹੈ ਇਹ ਇੱਕ ਸੀਜ਼ਨ ਦਾ ਸਭ ਤੋਂ ਵੱਧ ਵਿਸਤਰੇ ਦਾ ਦਾਣ ਹੈ ਮੁੰਡੇ ਨੂੰ ਰਾਜਸਥਾਨ ਹਰਿਆਣਾ ਪੂਰੇ ਪੰਜਾਬ ਦੇ ਕੱਪਾਂ ਦਾ ਸਭ ਤੋਂ ਵੱਧ ਵਿਸਤ ਨਿਕਲਿਆ ਤੇ ਚੁੱਕਿਆ ਵਾ ਕਹਿੰਦੇ ਪਿੰਡਾ ਨਿਕਲਿਆ ਐਤਕੀ ਦੇ ਸਾਲ ਸੀਜ਼ਨ ਦਾ ਲੇਖਾ ਜੋਖਾ ਕਰਾਂਗੇ ਵੀ ਕਿਹੜਾ ਖਿਡਾਰੀ ਪਹਿਲੇ ਨੰਬਰ ਤੇ ਹੈ ਪਰ ਕੋਟ ਗੁਰੂ ਕੋਟ ਗੁਰੂ ਵਾਲਾ ਹਿੱਲ ਗਿਆ ਤੈਨੂੰ ਕਢਾਤੇ ਵਾਲ ਆਉਟਾ ਜੀ ਆਉਟਾ ਆਇਆ ਕੋਟ ਗੁਰੂ ਵਾਲਾ ਬੜਿਆ ਆਉਟਾ ਓਕੇ ਓਕੇ ਬੱਲੀ ਕੈਨੇਡਾ ਵੱਲੋਂ ਸੱਤ ਬਾਲਾਂ ਦਾ 11,000 ਇੱਧਰ ਬੱਲੀ ਕੈਨੇਡਾ ਵੱਲੋਂ ਸੱਤ ਬਾਲਾਂ 11,000 ਦੀਆਂ ਹੋਣਗੀਆਂ ਆਜਾ ਪਿੰਡੇ ਆਜਾ ਕੋਈ ਗੱਲ ਨੀ ਮਣੀ ਦੀਆਂ ਸੋਹਣਾ ਮੈਚ ਹੈ ਬਾਲ ਆਊਟ ਹੈ ਐਵੀ ਅਸੀਂ ਲੈਨਮੈਨ ਲਾ ਦਈਏ ਇਧਰਲੇ ਪਾਸੇ ਵੀ ਬੜਾ ਵਧੀਆ ਮੈਚ ਤਕੜੀ ਟੱਕਰ ਹੈ ਇੱਧਰ ਬਿੱਡੀ ਚੌਕ ਆਇਰ ਆਪਣੀ ਮਿੱਤਰ ਬੱਲੀ ਨੇ ਪੁੱਜਿਆ ਭਰਾ ਕਹਿੰਦਾ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਅਸੀਂ ਯਾਰੀਆਂ ਕਮਾਈਆਂ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਦਾਨ ਕਰਨ ਲਈ ਜਿਗਰਾ ਚਾਹੀਦਾ ਪੈਸਾ ਤਾਂ ਬਨੇਰੇ ਦਾ ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ ਤੇ ਕਦੇ ਆਸਕ ਮੇਰੇ ਤੇ ਕਦੇ ਆਸਕ ਤੇਰੇ ਤੇ ਪੈਸਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਬਿੱਦੀ ਬਾਈ ਵਰਗਿਆਂ ਨੂੰ ਦੁਨੀਆ ਲੰਬਾ ਸਮਾਂ ਯਾਦ ਕਰਦੀ ਹੈ ਬਿੱਦੀ ਚੌ ਬਾਏ ਖੇਡਾਂ ਨੇ ਵੀ ਸਹਿਯੋਗ ਨੇ ਬਹੁਤ ਸੋਹਣਾ ਮੈਚ ਉਧਰ ਜਗਪਾਲ ਖੰਡੂੜਾ ਆ ਗਿਆ ਖੰਡੂੜਿਆਂ ਦਾ ਸਿੱਕਾ ਕਹਿੰਦੇ USA ਤੇ ਚੱਲਦਾ ਹੈ ਜੇ ਰੱਜ ਤੋਂ ਬਾਅਦ ਚੱਲਦੀ ਤੇ ਉਹ ਕਹਿੰਦੇ ਅਮੈਰੀਕਾ ਦੀ ਚੱਲਦੀ ਹੈ ਜਗਪਾਲ ਖੰਡੂੜਾ USA ਵਾਲਾ ਉਹ ਵੀ ਭਰਾ ਲੈ ਜੁੜਿਆ ਬੱਲੀ ਪੂਰੀਆਂ ਕਨੇਡਾ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਾਂਗੇ
ਲੈ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਇਹ ਚੰਗਿਆ ਨੇ ਮੈਚ ਜਿੱਤ ਗਏ ਚਿੱਟੇ ਦਾ ਤੇ ਸੇਮੇ ਦਾ ਜਿੱਡੇ ਜਿੱਡੇ ਕੱਪ ਹੈ ਮੁੰਡਿਆਂ ਦੇ ਜੱਜ ਕਹਿੰਦਾ ਵੀ ਉਹਨੇ ਕੱਪ ਦੇ ਨਾਲ ਪਾਰ ਕਰ ਦਿਆਂਗੇ ਉਹਦੇ ਕੱਪ ਦੇ ਨਾਲ ਪਾਰ ਸਾਹਮਣੇ ਜਿਹੜਾ ਮੈਚ ਬੜਾ ਟਾਪ ਦਾ ਬਾਈ ਖੇਡ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਭਾਈ ਯਾਰ ਮੁੰਡਿਆਂ ਦੀ ਖੇਡ ਕਿਵੇਂ ਚ ਲੱਗੀ ਹੈਗੀ ਆ ਇੱਕ ਤਾਰੀਕਾ ਮਾਰੀ ਆ ਦੋਨੇ ਟੀਮਾਂ ਦੇ ਲਈ ਅੱਜ ਭਾਗੋ ਬਾਜਰਾ ਦਾ ਲਾਲਾ 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 ਹੋ ਗਈ ਖੇਡ ਮੈਦਾਨ ਦੇ ਵਿੱਚ ਰਾਵੇ ਰੱਪੇ ਕੰਨੇ ਉਧਰ ਜਿਹੜਾ ਸੱਤ ਨੰਬਰ ਚ ਖੇਡ ਰਿਹਾ ਕੋਟ ਗੁਰੂ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਬਰਾਬਰ ਵੀਰ ਕਹਿੰਦੇ 500 ਰੁਪਇਆ ਹੋਣਾ ਕੋਟ ਗੁਰੂ ਵਾਲੇ ਦੀਆਂ ਪੰਜ ਬਾਲਾਂ 500 ਦੀਆਂ ਹੋਣਗੀਆਂ ਆਹ ਮੈਚ ਤੇ ਕਹਿੰਦੇ ਪੈਸਾ ਵਸੂਲ ਮੈਚ ਹੈ ਲੈ ਵੀ ਬਰਲਾਲ ਪਿੰਦਾ ਤਿਆਰ ਹੈ ਉਧਰ ਬਿੰਦੀ ਬਾਈ ਬੈਠਾ ਚੌ ਮਾਜ ਰਿਹਾ ਅੱਜ ਵੱਡੀ ਹਾਜ਼ਰੀ ਹੈ ਭਰਾ ਦੀ ਅੱਜ ਕਹਿੰਦੇ ਭਾਈਆਂ ਦੇ ਮੇਲੇ ਤੇ ਆਇਆ ਹੋਇਆ ਖੁਸ਼ੀ ਮਨਾਈਏ ਚਿੱਤ ਵੀ ਪਰ ਹਾਰੋ ਡਰੀਏ ਮੰਦੜੇ ਬੋਲ ਨਾ ਬੋਲੀਏ ਕਰਤਾਰੋ ਡਰੀਏ ਪੱਤੜੇ ਬੋਲ ਨਾ ਬੋਲੀਏ ਕਰਤਾਰੋ ਡਰੀਏ ਨਾਲੀ ਕਾਲੀਏ ਦੀ ਮੇਲਾ ਗੂੰਜ ਉਧਰ ਕਹਿੰਦੇ ਅਸਰ ਸੋਨੀ ਮੁੱਲਾ ਨਾਲ ਮਨਦੀਪ ਜਾਂਦਾ ਮੁੱਲਾ ਮਰੀਆ ਤੇ ਨਾਲ ਕਹਿੰਦੇ ਸਾਡੇ ਸੁਰਜੀਤ ਸਾਹਿਬ ਸਮਰਾਲੇ ਵਾਲੇ ਤੌਰ ਤੇ ਭਰਾ ਬੱਜੇ ਹੋਏ ਜੀ ਯਾਰਾਂ ਦੇ ਯਾਰ ਆਏ ਆ ਯਾਰੀ ਜੱਟ ਦੀ ਦੂਤ ਦਾ ਮੁਸਾ ਕਦੇ ਨੀ ਬਚਾਲੋ ਡੁੱਬਦੀ ਮਨਦੀਪ ਜੱਟ ਮੁੱਲਾ ਮਰੀਆ ਨਾਲ ਅਸਰ ਸੋਨੀ ਮੁੱਲਾ ਮਰ ਤੇ ਨਾਲ ਸਾਡਾ ਸੁਰਜੀਤ ਸਾਹੀ ਗੱਡੀਆਂ ਰਸਤੇ ਦੇ ਵਿੱਚ ਖੜੀਆਂ ਬੇਨਤੀ ਹੈ ਗੱਡੀ ਹੈ 85 ਪੀਵੀ ਮੈਂ 85-55 ਨੰਬਰ ਹੈ ਗੱਡੀ ਦਾ ਜਿਸ ਭਰਾ ਦੀ ਵੀ ਉਹ ਹੈ ਤੇ ਕਿਰਪਾ ਕਰਕੇ ਜਰੂਰ ਸਾਈਡ ਤੇ ਮਨਦੀਪ ਸਿੱਧੂ ਨੰਬਰਦਾਰ ਧੰਨਵਾਦ ਹੋਵੇਗਾ ਜੀ ਬੂਟੇ ਵੱਡੇ ਮਾਨ ਸਨਮਾਨ ਓਏ ਹੋਏ 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 ਹਾਏ ਹੋਏ ਰੱਬਾ ਜਗਪਾਲ ਬਾਈ ਓ ਨਿਰੀ ਅੱਗ ਬਣਿਆ ਪਿਆ ਮੈਚ ਕਾਹਦਾ ਭੰਬੂਕੇ ਬੜਾ ਟਾਪ ਦਾ ਮੈਚ ਖੇਡਿਆ ਜਾ ਰਿਹਾ ਇਧਰ ਚੁੱਕੇ ਵਾਲਾ ਪਿੰਡਾ ਮੇਰੇ ਮਿੱਤਰੋ ਆਓ
ਬੱਲੇ 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 ਸਵਾਲ ਜਿਹੜਾ ਵੱਜਿਆ ਪਿਆ ਉਧਰ ਬਾਈ ਬਿੰਦੀ ਦੇ ਚਾਂ ਮਾਜਰੇ ਵਾਲਾ ਨਾਲ ਕਾਲਾ ਸੁੱਤਾ ਦੀ ਚਾਂ ਮਾਜਰੇ ਤੋਂ ਔਰ ਜੀਤਾ ਚਾਂ ਮਾਜਰਾ ਨਾਲ ਬਾਈ ਰਣਜੀਤ ਔਰ ਸੁਖਜਿੰਦਰ ਸੋਈ ਦੋਸਤ ਵਾਰਾ ਸੁਖਜਿੰਦਰ ਬੋਲ ਬੁਲਾਉਣ ਸ਼ੇਅਰ ਨੀ ਕਰਦੇ ਮੁੰਡਿਓ ਮੌਲਵੀ ਕੈਦਵਾਰ ਸ਼ੇਅਰ ਨੀ ਕਰਦੇ ਮੁੰਡਿਓ ਸ਼ੇਅਰ ਕਰੋ ਪ੍ਰਿੰਸ ਮਾਨ ਨਾਲ ਲਾਲਾ ਕੁਣੀ ਸਾਰੇ ਵੀਰ ਪੁੱਜੇ ਹੋਏ ਆ ਉਹਨਾਂ ਦਾ ਵੱਡਾ ਧੰਨਵਾਦ ਹੈ ਤੁਸੀਂ ਤੁਸੀਂ ਇੱਕ ਵਾਰੀ ਨੰਬਰ ਦੱਸੀ ਮੇਰਾ ਵੀਰ ਚਾਰ ਤੇ ਪੰਜ ਦੀ ਟੱਕਰ ਆ ਚਾਰ ਨੰਬਰ ਆ ਪਨਿਹਾਰੀ ਵਾਲੇ ਮੁੰਡਿਆਂ ਦੇ ਤੇ ਚੁੱਗਿਆਂ ਦੀ ਟੀਮ ਦੇ ਨੰਬਰ ਬਾਈ ਪੰਜ ਆ ਮੇਰੇ ਮਿੱਤਰੋ ਇੱਕ ਵੱਡੀ ਖੇਡ ਖੇਡੀ ਆ ਰਹੀ ਹੈ ਗਰਾਊਂਡ ਦੇ ਅੰਦਰ ਮੇਰੇ ਮਿੱਤਰਾਂ ਸਾਰੇ ਕੈਮਰੇ ਜਿਹੜੇ ਫੋਕਸ ਹੈ ਹੁਣ ਨੰਬਰ ਪੰਜਵਾਂ ਕੌਣ ਜੋੜਦਾ ਉਹ ਪਤਾ ਪੈ ਲੱਗੀ ਹੈ ਉਧਰ ਬਿੰਦੀ ਕੈਦਾਰ ਭਰਾ ਕਹਿੰਦਾ ਵੀ ਦੋਨੋਂ ਪਾਸੇ ਜਿਹੜਾ ਸਾਰੇ ਮੈਚ ਦੋ ਦੋ ਟੱਪੇ ਪੈਣੇ ਚਾਹੀਦੇ ਆ ਦੋ ਹਜ਼ਾਰ ਬੰਦਾ ਬਿੰਦੀ ਕੈਦਾਰ ਵਾਲਾ ਭਰਾ ਬੈਠਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੜੀ ਉਦਾਸੀਆਂ ਦਾ ਕਹਿੰਦੇ ਪੜਾਕੇ ਖੇਡ ਦੇ ਕਾਕੇ ਮੇਲਾ ਕਹਿੰਦੇ ਬਰਮ ਪਰ ਭਾਪੇ ਦਾ ਇਹ ਚੱਲਦਾ ਵਾਹੋ ਤੋਟ ਗੁਰੂ ਵਾਲਾ ਅੱਜ ਬੋਲਟਾਂ ਦੀ ਗੱਲ ਹੈ ਆਓ ਬੱਲੇ 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 ਹਲੇ ਅੱਜ ਨਾ ਪਿੱਛੇ ਬਿਨਾ ਕੱਲ ਨਾ ਬਣੇ ਇਹ ਗੱਲ ਪੱਕੀ ਆ ਲਓ ਸਾਹਮਣੇ ਮੈਦਾਨ ਟਾਪਦਾ ਗਰਾਊਂਡ ਦੇ ਅੰਦਰ ਪਰ ਉਧਰ ਵੀ ਕੁਲਦੀਪ ਹੈ ਰਾਜਨ ਜੰਡ ਬਹੁਤ ਸਤਿਕਾਰ ਜੇ ਵੀਰ ਹੈ ਜ਼ਿੰਦਗੀ ਦਾ ਪੰਜ ਗੱਲਾਂ ਕ੍ਰੋਸ ਕਰ ਗਿਆ ਪੰਜ ਸੌ ਦੇ ਦੇਣਗੇ ਜੇ ਗੁੰਡੇ ਹਰਿਆਣੇ ਵਾਲੇ ਪੰਜ ਕ੍ਰੋਸ ਕਰ ਜਾਣ ਜੇ ਪੰਜਾਬ ਵਾਲੇ ਪੰਜ ਗੱਲਾਂ ਕ੍ਰੋਸ ਕਰ ਜਾਣ ਰਾਜਨ ਜੰਡ ਕਹਿੰਦੇ ਯਾਰਾਂ ਦਾ ਯਾਰ ਹੈ ਧੰਨਵਾਦ ਆਪਾਂ ਕਰਾਂਗੇ ਮਨਦੀਪ ਜੱਟ ਮੱਲਾਪੁਰੀਆ ਨਾਲ ਅਫਸਰ ਸੋਢੀ ਮੱਲਾਪੁਰ ਸੁਜੀਤ ਸਾਹਿਬ ਛੇ ਬਨਿਆਰੀ ਦੇ ਪੰਜ ਚੁੱਕਿਆਂ ਦੇ ਸੰਗਰਾਵਾ ਸਾਰੇ ਭਰਾ ਛੇ ਬਨਿਆਰੀ ਦੇ ਪੰਜ ਚੁੱਕਿਆਂ ਦੇ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਦਾ ਮੈਚ ਤੇ ਬੜਾ ਤਕੜਾ ਹੈ ਮੈਚ ਤੇ ਬੜਾ ਤਕੜਾ ਬਾਈ ਸਕੋਰਾਂ ਦੇ ਵੀਰ ਦੇ ਲਈ ਪਿੰਡ ਪਹੁੰਚਦਾ ਕਰੋ ਵੀਰ ਪੰਜ ਛੇ ਭਰਾ ਦੇ ਲਈ ਪਿੰਡ ਪਹੁੰਚਦਾ ਕਰ ਸ਼ੁਕਰੀਆ ਮਿਹਰਬਾਨੀ ਹੈ ਬੜੇ ਪੰਜ ਛੇ ਦੱਸੀ ਨੰਬਰ ਡਿਗਰੀ ਕਿੰਨੇ ਕਿੰਨੇ ਹੈ ਬਾਈ ਜੀ ਪਾਣੀ ਪਹੁੰਚਦਾ ਕਰੋ ਪੰਜ ਤੇ ਛੇ ਦੀ ਟੱਕਰ ਬਾਈ ਪਾਣੀ ਮੰਗਾਵੇ ਹੁਣ ਪੰਜਾਂ ਗ੍ਰਾਮਾਂ ਦੀ ਧਰਤੀ ਪੰਜਾਬ ਤੇ ਪਾਣੀ ਵਾਲੀ ਆਵਾਜ਼ ਨਾ ਮਾਰ ਕੀ ਪਵੇ ਉਹਨਾਂ ਪੇਟੀ ਰੱਖ ਦੇ ਕਦੀ ਹੋ ਗੱਲਾਂ ਟਿਕਾਣੇ ਲੱਗ ਜਾਣਗੀਆਂ ਪਿੰਡਾਂ ਫਿੱਟ ਜਾ ਹੋ ਸਾਹਮਣੇ ਕਮਾਲਾਂ ਹੋਈਆਂ ਪਈਆਂ ਬੁਲਟ ਦੇ ਨਾਲ ਕੀਤੇ ਗਏ ਹਰਸ਼ਦੀਪ ਧਾਲੀਵਾਲ ਤੇ ਅੱਜ ਵੀ ਦਿੱਤੇ ਜਾਣੇ ਆ ਹੋ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਕੋਈ ਟਾਈਮ ਸੀ ਜਦੋਂ ਬੁਲਟਾਂ ਦੀ ਕਿਵੇਂ ਇੱਜ਼ਤ ਬਣੀ ਸੀ ਪਰ ਅੱਜ ਵੀ ਭਰਾਵਾਂ ਵੱਲੋਂ ਬੁਲਟ ਦਿੱਤੇ ਜਾਣੇ ਆ ਪਰ ਇੱਧਰ ਵੇਖ ਮਿੱਤਰਾ ਬਾਈ ਨੰਬਰ ਛੇ ਹੋ ਗਏ ਨੰਬਰ ਜਿਹੜੇ ਛੇ ਛੇ ਕਿਹੜ ਗਰਾਊਂਡ ਦੇ ਵਿੱਚ ਹੋ ਗਏ ਗੁਰਪ੍ਰੀਤ ਧਿਆਗੋ ਤੇ ਨਾਲ ਜੀਵਨ ਕਨੇਡਾ ਅੱਜ ਬਿਸ਼ਟਾਂ ਦੇ ਲਈ ਕਹਿੰਦੇ ਬੋਲਟ ਦਿੱਤੇ ਜਾਣਗੇ ਬਿਸ਼ਟਾਂ ਦੇ ਲਈ ਅੱਜ ਬੋਲਟ ਦਿੱਤੇ ਜਾਣੇ ਹੈ ਵੱਡਾ ਧੰਨਵਾਦ ਵਾਲਾ ਵੱਡਾ ਮੈਚ ਫਿਰ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ
ਦੋਨੋਂ ਟੀਮਾਂ ਕਹਿੰਦੇ ਬੜੀਆਂ ਕਮਾਲ ਦੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ। ਅਗਲੇ ਸਰਵੇ ਕਰਨ ਲਈ ਚੰਗਿਆਂ ਦਾ ਪਿਆਰ ਵਰਤਿਆਰ ਹੈ। ਪਹਿਲੀ ਵਾਟਰ ਬ੍ਰੇਕ ਕਹਿੰਦੇ ਹੋ ਗਈ ਹੈ ਖੇਡ ਮੈਦਾਨ ਦੇ ਵਿੱਚ। ਚੰਗਿਆਂ ਦਾ ਕਹਿੰਦੇ ਪਿੰਡਾਂ ਸਰਵੇ ਕਰਨ ਲਈ ਤਿਆਰ ਵਰਤਿਆਰ ਹੈ। ਬਹੁਤ ਹਰ ਮੈਚ ਦਿੰਦੇ ਬਣਾ ਦੇਣਾ, ਹਰ ਮੈਚ ਦਿੰਦੇ ਲੋਕਾਂ ਦੇ ਦਿਲੀ ਲੁੱਟ ਲੈਣੇ ਹੈ। ਬਾਕੀ ਜਿਵੇਂ ਬਾਈ ਬੁੱਢੇ ਨੇ ਪਹਿਲਾਂ ਦੱਸਿਆ ਸੀ ਜੀ, ਮਾੜੇ ਜਲ ਵਾਲਾ ਮੈਚ ਨਾ ਵੇਖੇ, ਇਹ ਗੱਲ ਜਿਹੜੀ ਸੱਚ ਹੈ। ਉਧਰ ਬਾਈ ਬਿੰਦੀ ਚੌਂ ਮਾਜਰੇ ਵੱਲੋਂ ਇਹਨਾਂ ਬੋਲਾਂ ਦੇ ਲਈ ਵੱਡੇ ਮਨ ਪੁੱਜਦੇ ਕੀਤੇ ਹੈ, ਦੋਨੋਂ ਪਿਆਰ ਹੈ। ਪਰ ਇੱਧਰ ਵੇਖ ਗੱਭਰੂ ਪਿਆਰ ਬਾਰ ਪਿਆਰ ਹੈ, ਉਹ ਦੂਸਰੀ ਸਾਈਡ ਲੈ ਪੁੱਤ, ਹਾਂ ਉੱਪਰ ਦੀ ਲੈਣਾ ਕੋਈ ਗੱਲ ਨੀ। ਸਰਦਾਰ ਗੋਰਿਆਂ ਨੂੰ ਦਫਾ ਕਰੋ, ਰੋਟੀ ਤਾਂ ਖਾਵਾਂ ਜੇ ਕਾਲਾ ਖਾਵੇ ਨਾਲ, ਗੋਰਿਆਂ ਨੂੰ ਦਫਾ ਕਰੋ। ਜਿਹੜਾ ਵੀ ਡਿਪਵੈਂਡ ਦੋ ਪੱਤੇ ਤੇ ਆ ਗਿਆ, ਕਹਿੰਦੇ 500 ਦਿੱਤਾ ਜਾਣਾ। ਰਾਜਨ ਜੰਡ ਕਹਿੰਦਾ ਵੀ ਜਿਹੜਾ ਖਿਡਾਰੀ ਰੁਪਇਆ 500 ਆਉਣਾ, ਮਰਜ਼ੀ ਖਿਡਾਰੀ 5 ਕ੍ਰੋਸ ਕਰ ਦਿਓ। ਬੁੱਟੇ ਵਾਹ ਵਾਹ ਸਰ, ਬੱਲੀ ਕੈਨੇਡਾ ਦੀ ਚਿਹਰਾ ਅਨਾਊਂਸਮੈਂਟ ਕਰੀ ਮਿਲੀ। ਉਧਰ ਬਿੰਦੀ ਕਿਆ ਮਾਰਿਆ ਜੇ ਡਿੱਟ ਮੈਂ ਦੋਨੇ ਬੰਦੇ ਪਾਉਂਦੇ 5 ਕਾਉਂਟਰ ਕਹਿੰਦਾ ਜੀ ਡੇਰੇ ਵਾਲੀਆ ਤੇਰਾ ਦਲਸਾਬ ਤਲਵੰਡੀ ਦਾ ਤੇ ਜਸਵਿੰਦਰ ਢਿੱਲੋਂ ਦਾ ਤੇ ਗੋਡਾ ਵਾਲੀ ਇਹਨਾਂ ਦਾ ਆਪਾਂ ਬੱਡੇ ਮਾਨ ਕਰਦੇ ਹੈ। ਗੱਲਾਂ ਤੂੜੀਆਂ ਦੇ ਕਹਿੰਦੇ ਬੰਦੇ ਕੱਪਦੀਆਂ ਢਿੱਲੋਂ ਨਹਿਰ ਦੇ ਕਿਨਾਰੇ ਤੂੜੀਆਂ ਬੈਠਾ ਕੱਦਾ ਪ੍ਰਮੋਟਰ ਬੱਲੀ ਯਾਰ ਗਿਆ ਉਹਦੇ ਲਈ ਅੜ ਗਿਆ। ਹਾਏ ਕੁੜੀਆਂ ਵਾਲੇ ਬੱਲੀ ਦੇ ਵੀ ਕਹਿੰਦੇ ਦੱਸਦੇ ਹੈ ਅੱਜ ਪੈਰੋਂ ਉੱਪਰ ਖੇਡੇ ਜਾ ਰਹੇ ਹੈ। ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਇੱਕੋ ਜਿਹਾ ਰੰਗ ਹੋ ਜਾਏ ਹੋ ਜਾਓ ਸਾਡਾ ਦਾਤੀ ਉੱਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਪੈਰਕਾਂ ਨਗੌਰ ਦਾ ਤੇ ਕਰੀ ਕਿਤੇ ਮੇਲ ਰੱਬਾ ਆਓ ਦਿੱਲੀ ਤੇ ਲਾਹੌਰ ਦਾ ਲਾਈਟ ਚੱਲਦੀ ਹੈ ਲਈ ਲਾਈਟ ਜਿਹੜੀ ਚੱਲਦੀ ਹੈ ਬੰਦ ਕਰ ਦੋ ਕਿਰਪਾ ਕਰਕੇ। ਮੋਟਰਸਾਈਕਲ ਦੀ ਲਾਈਟ ਹੈ ਮੇਰੇ ਖਿਆਲ, ਗੱਡੀ ਦੀ ਲਾਈਟ ਹੈ। ਉਧਰ ਪੀਟਾ ਖੇਡੇ ਛੋਟਾ ਭਰਾ ਸਾਡਾ, ਉਹ ਕਨੇਡਾ ਤੋਂ ਲਹਿਰ ਜਿਹੜਾ ਹੋਇਆ ਪੀਟਾ ਖੇਡੇ ਛੋਟਾ ਭਰਾ ਸਾਡਾ ਟੈਗ ਦਾ ਡਿੱਟ ਮੈਨ ਰਿਹਾ। ਦੇਖੋ ਬਾਈ ਅੱਗੇ ਦੀ ਲਾਈਟਾਂ ਵੀ ਬੰਦ ਕਰੀ ਮੇਰਾ ਭਰਾ, ਕੋਈ ਨੀ ਜੀ ਕੋਈ ਨੀ ਕੁੰਡੀ ਹੈ ਬੰਦ ਪਿਆਰ ਦੇ। ਦੇਖੋ ਕੀ ਬੰਦਾ ਰਵਿੰਦਰ ਕੰਬੋਜ, ਰਵਿੰਦਰ ਪੁੱਟਰ, ਰਜਿੰਦਰ ਜਲੰਧਰ, ਭੁੱਲਰ ਭੁੱਲਰ ਕੈਨੇਡਾ, ਬੁੱਟੇ ਭੁੱਲਰ ਕੈਨੇਡਾ, ਉਧਰ ਭੱਲਾ ਕੈਨੇਡਾ ਜੀ ਸਾਡਾ ਛੋਟਾ ਵੀਰ ਲਹਿਰ ਜਿਹੜਾ ਹੋਇਆ ਵਿੱਤੀ ਕੈਦ ਆ ਜਿਹੜਾ 55,000 ਦੇ ਸਹਿਯੋਗ ਆ ਸਾਡੇ ਭਰਾ ਗੱਡੀਓ ਅੱਜ 32 ਹਾਜ਼ਰੀ ਕਹਿੰਦੇ ਬਿੰਦੀ ਬਾਈ ਦੀ ਆਓ ਤੁਹਾਡਾ ਮਾਰਸਾ ਭਿੱਡੀਆਂ ਚ ਪਾਣੀ ਪਾ ਗਿਆ ਹੈ। ਇਹਦਾ ਖੜਕ ਸਿੰਘ ਵਾਲਾ ਪਿੰਡ ਹੈ ਕਹਿੰਦੇ ਉੱਥੇ ਦੇ ਇਲਾਕੇ ਦਾ ਖਿਡਾਰੀ ਹੈ, ਉੱਥੇ ਦੇ ਅਮਲੇ ਦੀਆਂ ਗੱਲਾਂ ਹੁੰਦੀਆਂ ਇਹ ਵੀ ਮੁੰਡਾ ਕਹਿੰਦੇ ਜੀਤ ਪ੍ਰਧਾਨ ਦੇ ਪਿੰਡ ਦਾ ਪ੍ਰਧਾਨ ਭੈਣੀ ਚੂੜਲ ਦੀਆਂ ਗੱਲਾਂ ਹੁੰਦੀਆਂ ਪਿੰਡਾਂ ਚੋਂ ਆਇਆ ਗੱਲਾਂ ਕਹਿੰਦੇ ਆਪਣੀ ਵਾਲੇ 90,000 ਦੀਆਂ ਹੁੰਦੀਆਂ। ਇਹ ਕਹਿੰਦੇ ਅਰਸੀ ਹੈ ਖੜਕ ਸਿੰਘ ਆਉਂਦਾ ਹੈ ਤਮੜਾ ਪੈਚ ਕੋਟ ਗੁਰੂ ਵਾਲਿਆ ਪਰ ਫੌਜੀ ਗਲਤੀ ਕਰ ਗਿਆ ਗੱਭਰੂ ਨੇ ਵੱਡੀ ਗਲਤੀ ਕਰ ਦਿੱਤੀ ਹੈ। ਮੇਰੇ 10 ਬਰਲਾਲ ਸਾਹਿਬ ਨੰਬਰ ਦਿੱਤੀ ਗਈ ਛੇ ਤੇ ਸਖਤ ਬਰਾਬਰ ਹੈ ਜੀ
ਇਧਰ ਸੱਤ ਬਰਾਬਰੀ ਦਾ ਮੈਚ ਆ ਜਿਹੜੀ ਜਿੱਤ ਗਈ ਤੇ ਉਹਨੇ ਮਿੱਤਰਾਂ ਉਹ ਧੰਨ ਧੰਨ ਕਰਵਾ ਦੇਣੀ ਹੈ। ਇਹ ਗੱਲ ਪੱਕੀ ਆ। ਫਾਈਨਲ ਮੈਚ ਰੋਸ਼ਨ ਟੀ ਦੇ ਨਾਲ ਖੇਡਿਆ ਜਾਂਦਾ। ਉਧਰ ਵੀ ਸਿੱਧੂ ਵਰ ਗਏ ਉਹ ਫਿੱਟ ਖਿਡਾਰੀ, ਪਰ ਇਧਰ ਵੇਖ ਮਿੱਤਰੋ ਵੀ ਜਿੱਤਾ ਹਾਰਾਂ ਦੇ ਨਾਲ ਫੈਸਲੇ ਅਧੂਰੇ ਜਿਹੇ ਰਹਿਣਗੇ। ਚੱਲਦਾ ਇਹ ਮੈਚ ਤੇ ਉਹ ਪਟਾਕੇ ਪੂਰੇ ਪੈਣਗੇ, ਮਾਰ ਦੇਣਾ ਡੰਗ ਵੱਡੇ ਜਾਂ ਮੜੱਪ ਮਿੱਤਰੋ, ਨਿਕਲਣਗੇ ਨਾਗਾ ਚੋਂ ਖੜੱਪੇ ਸੱਪ ਮਿੱਤਰੋ। ਆ ਲੰਗੀਆਂ ਨੀ ਯੋਧਾ, ਇਹ ਗੱਲ ਸੱਚ ਕਹਿ ਗਿਆ। ਥੋੜੇ ਟਾਈਮ ਨੂੰ ਪਤਾ ਲੱਗ ਜਾਣਾ ਵੀ ਬੁਲਟ ਜਿੱਤੋ ਕੌਣ ਲੜਿਆ, ਥੋੜੇ ਟਾਈਮ ਨੂੰ ਪਤਾ ਲੱਗ ਜਾਣਾ ਵੀ ਬੁਲਟ ਕਿੰਨਾ ਨੇ ਜਿੱਤ ਰਿਹਾ। ਦੇਖੋ ਉਹ ਭਾਗਾ ਵਾਲੇ ਖਿਡਾਰੀ ਹੋਣਗੇ, ਪਰ ਖੜਕ ਸਿੰਘ ਵਾਲਿਆ ਅਰਜ਼ੀ ਮਿੱਤਰਾ ਤੂੰ ਕੋਈ ਗਲਤੀ ਨਾ ਕਰ, ਤੇਰੇ ਨਾਲ ਦੇ ਝੂਠ ਬਹੁਤ ਲਾਈ ਜਾਂਦੇ ਆ ਛੋਟੇ ਵੀਰਾਂ, ਤੂੰ ਕੋਈ ਗਲਤੀ ਨਾ ਕਰ। ਉਹ ਵੀ ਕਹਿੰਦੇ ਉਹ ਪਿੰਡਾਂ ਦੇ ਵਿੱਚੋਂ ਉੱਠ ਕੇ ਆਇਆ, ਜਿਹੜੇ ਪਿੰਡਾਂ ਦੇ ਵਿੱਚੋਂ ਟਿੱਬਿਆਂ ਦੇ ਪੁੱਤ ਨੇ ਦੁਨੀਆਂ ਨੂੰ ਦੱਸਿਆ ਵੀ ਮਿੱਤਰਾ ਮਾਨਸਾ ਕਿੱਥੇ ਪਿੰਡ। ਉਧਰ ਸੁਰਜੀਤ ਪੋਣੀਆਂ ਦੇ ਜਗਤਾਰ ਬਾਈ ਹੈ ਪੋਣੀਆਂ ਵਾਲਾ, ਤੇ ਨਾਲ ਅੰਮ੍ਰਿਤ ਬਾਈ ਹੈ ਸਾਡਾ ਖੰਜਰ ਵਾਲੀ ਆ। ਪਿੰਦਰ ਕਹਿੰਦੇ ਟੱਪਾ ਪਾਉਂਦਾ ਤੇ ਇੱਕ ਟੱਪਾ 500 ਦਾ ਹੋਣਾ, ਇੱਕ ਟੱਪਾ ਜਿਹੜਾ 500 ਦਾ ਹੋਣਾ। ਉਧਰ ਬਿੱਦੀ ਜਾਈ ਹੈ ਕੈ ਮਾਜਰੇ ਵਾਲਾ, ਯਾਰਾਂ ਦਾ ਯਾਰ ਹੈ, ਬਾਹਰ ਅੱਖ ਦੀ ਆ ਕਿੱਥੇ ਤੱਪ, ਪੈਰਾਂ ਨੂੰ ਕੀ ਪਤਾ ਯਾਰ ਕਿੱਥੇ ਕਿੱਥੇ ਖੜੇ, ਨਾਲ ਗਹਿਰਾਂ ਨੂੰ ਕੀ ਪਤਾ। ਇਹਦੇ ਬਿੱਦੀ ਦੇ ਕਹਿੰਦੇ ਯਾਰ ਹੀ ਆਉਂਦੇ ਹੈ, ਉਹ ਬਿੱਦੀ ਕੈ ਮਾਜਰਾ ਭਰਾ ਪੁੱਜਿਆ 50,000 ਦੇ ਬੰਦੇ ਸਹਿਯੋਗ ਹੈ, ਅਸੀਂ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ, ਹੋਰ ਦੱਸ ਜ਼ਿੰਦਗੀ ਚ ਕੀ ਖੱਟਿਆ, ਅਸੀਂ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ। ਅੱਜ ਕਹਿੰਦੇ ਯਾਰਾਂ ਦੇ ਯਾਰ ਬੁੱਕੇ ਹੋਏ ਹੈ, ਵੇਲਾ ਕੱਢਾ ਚੱਲਦਾ ਹੈ, ਆਓ ਸਾਹਮਣੇ ਦਾਲ ਸਿਰਾਟਾ ਗੁਰ ਵੀਰੇ ਦੱਸਦੇ ਕਿੰਨੇ ਹੋ ਗਏ ਬਾਬਾ ਜੀ, 9 ਹੋ ਗਏ ਇੱਧਰ ਪਨਿਆਰੀ ਦੇ, 7 ਪੁਆਇੰਟ ਕੈਮਰੇ ਸਾਹਮਣੇ ਚੁੱਗਣ ਵਾਲੇ ਮੁੰਡਿਆਂ ਦੇ। ਹਰਜੀਤ ਚਹਿਲ 7 9 7 ਹੈ, ਉੱਧਰ 9 ਇੱਧਰ 7। ਵਾਲੀਬਾਲ ਸ਼ੂਟਿੰਗ ਫਾਇਰ ਪੇਜ 'ਤੇ ਜਸਵਿੰਦਰ ਢਿੱਲੋਂ ਵੱਲੋਂ ਸਵਾਗਤ ਆ ਜੀ ਸਾਰੇ ਵੀਰਾਂ ਦਾ, ਵੱਡੀ ਗਿਣਤੀ 'ਚ ਭਰਾ ਲਾਈਵ ਦੇਖ ਰਹੇ, ਸਾਰਿਆਂ ਦਾ ਬਹੁਤ ਸ਼ੁਕਰੀਆ। ਦਿਲਸ਼ਾਦ ਤਲਵੰਡੀ ਦਾ ਵੀ ਧੰਨਵਾਦ। ਫਸਮਾ ਮੁਕਾਬਲਾ ਚੱਲ ਰਿਹਾ ਮੈਦਾਨ ਦੇ ਵਿੱਚ, ਉਧਰ ਸਾਡੇ ਅਵਤਾਰ ਸਰਪੰਚ ਜੀ, ਬੰਗਾ ਸਰਪੰਚ ਜੀ, ਗੁਰਮਾਨ ਧਾਲੀਵਾਲ ਕੁਮਾਰ ਜੀ ਸਾਡੇ ਸਰਪੰਚ ਸਾਹਿਬ, ਘੂੜਾ ਬਾਈ ਤਰਜੀ ਖਿਡਾਰੀ, ਆਟਾ ਟੱਪਾ ਪਵਾ ਦੇ, ਟੱਪਾ 500 ਦਾ ਪੈਣਾ ਹੈ, ਉਹ ਟੱਪਾ ਕਹਿੰਦੇ 500 ਦਾ ਹੋਵੇਗਾ, ਲੈਣਾ ਤੇ ਸਰਪੰਚੀ ਪਿੰਡ ਦੇ ਰੇਤੇ ਤੱਕ ਕਰਵਾਵਾਂਗੇ, ਫਿਰ ਚੰਡੀਗੜ੍ਹ ਪਿੱਠੀ ਆਟਾ ਪਾ ਦਾਂਗੇ, ਤੂੰ ਬਾਜੇ ਸਰਪੰਚ ਕਰਾ ਹੀ ਦੇਵਾਂ ਬਾਬੇ ਦੇ ਸਰਪੰਚ ਨੇ ਕਹਿੰਦੇ ਇਧਰ ਸੱਤ ਉਧਰ 9 ਇਧਰ ਸਰਪੰਚ ਸਾਹਿਬ ਵੀ ਪੁੱਜੇ ਹੈ, ਸਰਕਾਰ ਸਰਪੰਚ ਸਾਡਾ ਤੇ ਨਾਲ ਸੰਦੇਸ਼ ਕੁਮਾਰ ਸਰਪੰਚ ਜੀ ਤੇ ਨਾਲ ਸਾਡੇ ਬੰਗਾ ਬਾਈ ਜੀ ਸਰਪੰਚ ਸਾਹਿਬ,
ਜਿਹੜਾ ਮਰਜ਼ੀ ਟੱਪਾ ਪਾ ਜੇ ਟੱਪਾ ਕਹਿੰਦੇ 500 ਦਾ ਨੈਟਵਰਕ ਦਾ ਕੋਈ ਪਤਾ ਨਹੀਂ ਕਦੋਂ ਘਟ ਜੇ ਬਾਈ ਨੈਟਵਰਕ ਦਾ ਕੋਈ ਪਤਾ ਨਹੀਂ ਕਦੋਂ ਘਟ ਜੇ ਖੰਜਰ ਵਾਲੀ ਇੱਥੇ ਵੀ ਕੰਮ ਏਦਾਂ ਹੀ ਹੈ ਨੈਟਵਰਕ ਦਾ ਸਖਜੀਤ ਕੋਈ ਪਤਾ ਨੀ ਕਦੋਂ ਘਟ ਜੇ ਜਗਤਾਰ ਪੂਰੀਆਂ ਤੇ ਅਮਰਤ ਪੰਡ ਸਾਡਾ ਕਹਿੰਦਾ ਵੀ 500 ਦਾ ਹੁੰਦਾ ਖੰਜਰ ਵਾਲੀ ਦੀ ਖੇਡ ਦੇ ਦਿਲ ਆ ਗਿਆ ਖੰਜਰ ਵਾਲੀਆ ਨਾਮ ਰੱਖਣਾ ਪੈਣਾ ਢੋਡੇ ਮਾਰ ਬੱਲੇ ਸਰਪੰਚ ਪੈਸੇ ਲਾਉਂਦੇ ਹੈ ਧੰਨਵਾਦ ਹੈ ਸਾਰੇ ਸਤਿਕਾਰ ਤੇ ਮਾਨ ਯੋਗ ਵੀਰਾਂ ਦਾ ਰਾਜੂ ਭਣਿਆਰੀ ਨੇ ਲਾਇਆ ਸੀ ਰਾਜੂ ਭਣਿਆਰੀ ਕਹਿੰਦਾ ਵੀ ਇਹ ਫੌਜੀ ਬਲਵੰਤ ਭਾਈ ਮੈਂ ਜਿੱਤਣੀ ਦਾਲ ਨੀ ਖਾਂਦਾ ਤੇ ਸੋਨੇ ਦੀ ਬੁੱਢੀ ਦੇ ਨਾਲ ਆਪਾਂ ਦਾਨ ਕਰ ਦਿਆਂਗੇ ਸੋਨੇ ਦੀ ਬੁੱਢੀ ਦੇ ਨਾਲ ਦਾਨ ਹੋਣਗੇ ਸਹੀ ਗੱਲ ਹੈ ਭੁੱਲਰ ਇੱਧਰ ਸਾਡੇ ਬੰਦਾ ਸਰਪੰਚੀ ਮਹਿਜਪੁਰ ਵਾਲੇ ਉਤਾਰ ਸਰਪੰਚੀ ਸਾਡੇ ਢਾਬੇ ਵਾਲੇ ਫੇਰ ਚੇਂਜ 98 ਫੇਰ ਰਮੇਸ਼ ਕੁਮਾਰ ਸਰਪੰਚ ਸਾਹਿਬ ਸਾਡੇ ਬੈਰੂਪੁਰ ਵਾਲੇ ਬੜਾ ਪਿਆਰ ਹੈ ਜਿਹੜਾ ਮਰਜ਼ੀ ਖਿਡਾਰੀ ਟੱਪਾ ਪਾ ਜੇ ਤੇ ਟੱਪਾ ਕਹਿੰਦੇ 500 ਦਾ ਆਉਣਾ ਜਿਹੜਾ ਮਰਜ਼ੀ ਖਿਡਾਰੀ ਟੱਪਾ ਪਾ ਜੇ ਟੱਪਾ 500 ਦਾ ਆਉਣਾ ਆਓ ਸਾਹਮਣੇ ਬਾਲ ਫਿਰ ਆਉਂਦਾ ਅੱਧੇ ਸਮੇਂ ਦਾ ਮੈਚ ਵਧੀਆ ਲੱਗਿਆ ਵਾਹਿਗੁਰੂ ਨੇ ਦੋ ਹੱਥ ਦਿੱਤੇ ਤਾੜੀ ਮਾਰ ਦੋ ਬਾਕੀ ਗਏ ਨਾ ਮਾਰੋ ਕੈਮਰਾ ਸਾਫ਼ ਕਰ ਲੱਗੇ ਬਈ ਮਾੜਾ ਜਿਹਾ ਦਸ ਅੱਠ ਦਸ ਭਨੇਰੀ 8.65 ਝੁੱਗਾ ਟੀਮ ਦੇਖੋ ਕੀ ਬਣਦਾ ਰਵਿੰਦਰ ਕੰਬੋਜ ਮਨਪ੍ਰੀਤ ਸਿੱਧੂ ਗੁਰੀ ਗੁਰਜਿੰਦਰ ਸਿੰਘ ਅੱਠ ਦਸ ਚੇਂਜ ਆ ਜੀ 8-10 ਚੇਂਜ ਹਾਜ਼ਰੀ ਹੈ ਬੇਦੀ ਚੌਂ ਬਾਰ ਭਰਾ ਦੇ ਕਹਿੰਦੇ ਦਵੱਜਾ ਹੋਇਆ ਦੇ ਸਹਿਯੋਗ ਇਹਨਾਂ ਖੇਡਾਂ ਦੇ ਲਈ ਹੈ ਤੇ ਸਾਡੇ ਸਰਦਾਰ ਅਵਤਾਰ ਸਿੰਘ ਸਰਪੰਚ ਮਹਿਜਪੁਰ ਵਾਲੇ 9-10 ਨੌਵਾਂ ਜੋੜ ਕੇ ਚੁੱਕੇ ਵਾਲੇ ਮੁੰਡੇ 9-10 ਜਿਹੜਾ ਮਰਜ਼ੀ ਖਿਡਾਰੀ ਟੱਪਾ ਪਾ ਜੇ ਟੱਪਾ ਕਹਿੰਦੇ 500 ਦਾ ਟੱਪਾ 500 ਦਾ ਬੱਲੇ ਬੱਲੇ ਆ ਗਿਆ ਫੇਰ ਵਾਸੀਆਂ ਕਿਆ ਗਿਆ
ਸਰਵਿਸ ਬਨੇਰੀ ਜੀ ਫੇਰ ਚੌਧਰੀ ਸਾਹਿਬ ਰਕੇਸ਼ ਕੰਬੋਜ ਵੱਡਾ ਮੁਕਾਬਲਾ ਫਿਰ ਮੈਦਾਨ ਦੇ ਵਿੱਚ ਕੀਤਾ ਜਾ ਰਿਹਾ ਹੈ। ਕਹਿੰਦੇ ਇਨਾਮਦਾਰ ਹੈ ਕੋਟ ਗੁਰੂਆ ਬੱਲੇ 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 ਇਧਰ ਦਸ ਉਧਰ ਨੌ ਭਨੇਰੀ ਵਾਲਿਆ ਭਨੇਰੀ ਵਾਲਿਆ ਐਂਡ ਇਧਰ ਦਸ ਉਧਰ ਨੌ ਸੈਕੰਡ ਸੈਮੀ ਫਿਰੋਜ਼ਸ਼ਾਹ ਬੀ ਫਾਈਨਲ ਚ ਸ਼ੇਅਰ ਕਰ ਦੋ ਮੁੰਡਿਓ ਭਰਾਵਾਂ ਦਾ ਤੁਹਾਡੇ ਬਹੁਤ ਵੱਡਾ ਯੋਗਦਾਨ ਹੈ। ਉਹ ਵੀ ਭਰਾ ਲੈ ਜਿਹੜੇ ਹੋਏ ਹੈ ਤੇ ਅੱਜ ਦੇ ਮੇਲੇ ਦੀ ਕਹਿੰਦੇ ਮੁਬਾਰਕਾਂ ਦੇ ਰਹੇ ਹੈ। ਲੈ ਰਾਣੇ ਕਰਾਵੇ ਲੈਂਦਾ ਬੰਦ ਰਾਣੇ ਨਾਲ ਹੀ ਕਹਿੰਦੇ ਸਿੱਧਾ ਜਾਂਦਾ ਹੀ ਅੱਕਦਾ ਮੇਰਾ ਵੀ ਕੱਟਣਾ ਦੋ ਟੱਪੇ ਪਾਉਂਦਾ ਡਿੱਟੀ ਚੌ ਮਾਰਿਆ ਭਾ ਕਹਿੰਦਾ ਵੀ 500 ਆਪਾਂ ਦੇ ਦੇਵਾਂਗੇ ਦਸ ਨੋ ਦਸ ਨੋ ਦਸ ਭਨਿਆਰੀ ਦੇ ਨੌ ਬੈਠ ਚੁੱਕਿਆ ਦੇ ਦੱਸੀ ਨੰਬਰ ਕਿੰਨੇ ਕਿੰਨੇ ਹੈ 10-9 ਦਸ ਤੇ 9 ਦਸ ਨੰਬਰ ਦੇ ਚੁੱਕਿਆ ਲੈਂਦੇ ਜੀ ਉਧਰ ਸਾਡੇ ਅਵਤਾਰ ਸਰਪੰਚ ਜੀ ਭਾਗੋ ਮਾਏ ਦਾ ਸੁਦੇਸ਼ ਕੁਮਾਰ ਸਰਪੰਚ ਗੌਰਵਪੁਰ ਬੰਦਾ ਸਰਪੰਚ ਜੀ ਸਾਡੇ ਫੌਜਪੁਰ ਵਾਲੇ 1000 ਹੋ ਗਏ 500 ਤੇ ਜਿਹੜਾ ਮਰਜ਼ੀ ਡੱਬਾ ਪਵਾ ਦੇ ਉਹ ਸਰਪੰਚਾਂ ਦਾ ਕਹਿੰਦੇ ਪਿਆਰ ਬੜਾ ਜਿਹੜਾ ਮਰਜ਼ੀ ਡੱਬਾ ਪਵਾ ਦੇ ਟੱਕਾ 1000 ਦਾ ਹੋਣਾ ਉਹ ਪਿੰਡ ਤਰੱਕੀਆਂ ਜਿੱਤ ਮਰਦਾ ਜਿਹੜੇ ਪਿੰਡ ਦੇ ਸਰਪੰਚ ਵਫ਼ਾਦਾਰ ਮਿਲ ਜੇ ਹੁਣ ਦੁਨੀਆਂ ਦੀ ਕੇਂਦਰ ਤੇ ਕੀ ਲੈਣਾ ਜਿਹਦੀ ਸੱਤੇ ਰੱਖਣਾ ਤਾਰ ਮਿਲ ਜੇ ਘਰ ਸਵਰਗ ਤੋਂ ਵੱਧ ਬਣ ਜਾਂਦਾ ਹੈ ਜਿੱਥੇ ਪਿੱਤੇ ਬਾਪੂ ਨੂੰ ਪਿਆਰ ਮਿਲ ਜੇ ਉਹ ਬੰਦਾ ਦੁਨੀਆਂ ਦੇ ਕਦੇ ਨੀ ਜਿੱਤ ਸਕਦਾ ਹਥਿਆਰ ਮਿਲ ਜੇ ਉਹ ਬੰਦਾ ਦੁਨੀਆਂ ਦੇ ਕਦੇ ਨੀ ਜਿੱਤ ਸਕਦਾ ਜਿਹਨੂੰ ਯਾਦਗਾਰ ਮਿਲ ਜੇ ਡਾਕੂਮੈਂਟ ਰਹਿ ਗਿਆ ਉਹਦੇ ਲਈ ਮਾਫ਼ੀ ਵੱਡੇ ਤਾਂ ਇਹਨਾਂ ਖਿਡਾਰੀਆਂ ਲਈ ਕਰ ਚੱਲ ਪਿਆ ਕੰਮ ਫੇਰ ਉਹ ਡਾਂਗੋ ਡਾਂਗੀ 17 ਸੈਕਟਰ ਤੱਕ ਐਨ ਸ਼ਿਕਾਰ ਹੀ ਪਈ ਜਾਂਦੇ ਆ ਜਗਤਾਰ ਪੂਰੀਆਂ ਤੇ ਅੰਦਰ ਤੱਕ ਪਾਂਡਵ ਸਾਡਾ ਇਹ ਕਹਿੰਦੇ ਵੀ 500 ਦੇ ਨਾਲ ਕੰਮ ਕਰਦੇ ਨੇ ਇਹ ਪਿੰਦਰ ਖੱਜਰ ਵਾਲੀਆਂ ਤੱਕਾ ਪਾ ਗਿਆ ਉਹ ਮੁੰਡੇ ਪਾਂਡਵਾਂ ਨੇ ਕੰਮ ਕਰਦੇ ਆ ਖੱਜਰ ਵਾਲੀਆਂ ਪਰ ਬਾਲ ਫੇਰ ਚੇਂਜ 9-10 ਚੇਂਜ 9-10 ਚੇਂਜ 9 ਚੁੱਗਿਆਂ ਦੇ 10 ਭਨਿਆਰੀ ਦੇ ਸਰਵਿਸ ਚੇਂਜ ਸਾਡੇ ਬੰਦਾ ਸਰਪੰਚ ਜੀ ਫੌਜਪੁਰ ਵਾਲੇ ਦਾ ਬੋਲਾਂ ਦਾ ਬਹੁਤ ਸਾਰਾ ਮਾਣ ਬਹੁਤ ਸਾਰਾ ਪਿਆਰ ਕਰਦੇ ਜਿਹੜੇ ਵੀ ਇਸ ਇਲਾਕੇ ਦੇ ਵਿੱਚ ਆਏ ਹੈ ਵੱਡੇ ਮਾਣ ਸਰਦਾਰ ਅਵਤਾਰ ਸਿੰਘ ਜੀ ਸਰਪੰਚ ਸਾਡੇ ਨਾਲ ਬੰਦਾ ਸਰਪੰਚ ਜੀ ਤੇ ਨਾਲ ਸਾਡੇ ਸੁਦੇਸ਼ ਕੁਮਾਰ ਸਰਪੰਚ ਦੇਸੇ ਵੱਡੇ ਮਾਣ ਵੱਡੇ ਪਿਆਰ ਵੱਡੇ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਇਧਰ ਕੋਲਟ ਦਿੱਤੇ ਜਾਂਦੇ ਹੈ ਜੀਵਨ ਕਨੇਡਾ ਸਾਡਾ ਵੀਰ ਤੇ ਗੁਰਪ੍ਰੀਤ ਝਾਕੇ ਦਾ ਭਰਾਵਾਂ ਦੇ ਵੱਡੀ ਇਸ ਵਾਲੇ
ਦੇ ਖੋਲ ਗਏ। ਉਧਰ ਗਿੱਧੀ ਕੌਮ ਆਇਆ ਕਹਿੰਦਾ ਯਾਰਾਂ ਦਾ ਯਾਰ ਹੈ, ਜਿੱਥੇ ਖੜ ਗਿਆ ਉੱਥੋਂ ਹੀ ਅੜ ਗਿਆ। ਫਿਰ ਚੇਂਜ ਦੱਸ ਨੋ ਗਿੱਧੀ ਭਰਾ ਪੁੱਜਿਆ ਹੋਇਆ ਹੁੰਦੀ ਹੈ। ਬੱਲੇ ਭਨੇਰੀ ਵਾਪਸੀਆਂ ਯਾਰ ਤੇ ਪਾਣੀ ਰਾਜਾ ਜੀ ਨੂੰ ਬੜਾ ਫਿਕਰ ਸੀ ਵੀ ਕਿੱਦਾਂ ਦੀ ਦੌੜ ਗਈ ਹੈ, ਕਿੱਦਾਂ ਗੱਲਾਂ ਬਾਤਾਂ ਹੋ ਗਈਆਂ। ਆ ਵੇਗ ਰਾਜਨ ਜਨ ਲੈ ਜੁੜਦਾ ਸੀ, ਰਾਜਨ ਕਹਿੰਦਾ ਸਭ ਹੈ ਤੇਰਾ, ਗਗਨ ਸੁਣ ਲੈਂਦੇ ਸਾਰੇ ਭਰਾ ਨੇ, ਭਰਾਵਾਂ ਦਾ ਮੇਲਾ ਅੱਜ ਕਹਿੰਦੇ ਕੱਢੇ ਕੱਢਣ ਲੱਗੇ ਤਾਂ ਜਾ ਰਹੇ ਹੈ। ਆਓ ਭੇਦ ਗੁਰੂ ਆ ਬੱਲੇ 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 ਆ ਗਿਆ ਫੇਰ ਬਾਕੀ ਵਾਲਾ ਤਕੜਾ ਰਹੀ ਬੈਠ ਕੇ ਕਹਿੰਦੇ ਪਹਿਲਾ ਤਕੜਾ ਹੈ। ਹੋਰ ਸਾਡੇ ਸੁਦੇਸ਼ ਕੁਮਾਰ ਸਰਪੰਚੀ ਬਰੋਬਰ ਅਵਤਾਰਾ ਫਿਰ ਵੱਡਾ ਸਰਪੰਚੀ ਬੈਠ ਕੇ ਵਾਲੀ ਕਹਿੰਦੇ ਹੈ ਵੀ ਜਿਹੜਾ ਵੀ ਵੱਡਾ ਬਾਰਾਂ ਹੋਇਆ ਆ ਗਿਆ ਇੱਕ ਬਾਰਾਂ ਇੱਕ ਹਜ਼ਾਰ ਦਾ ਏਕਾਂ ਤੋਂ ਮਹਿੰਗੀ ਜਿੱਤ ਗਿਆਨ ਕਰੇ ਗੁਰਪ੍ਰੀਤ ਗਿੱਲ ਕੈਨੇਡਾ ਗਿੱਲ ਸਾਹਿਬ ਕਿਵੇਂ ਹੋ ਭਾਲ ਦੇ ਵਿੱਚ ਮੇਰੇ ਮਿੱਤਰੋ ਬਾਰਾਂ ਮਹੀਨੇ ਸਾਲ ਦੇ ਹੁੰਦੇ ਆ ਤੇ ਪਾਲੀਵਾਲ ਵਾਲੇ ਅੱਜ ਪੂਰੇ ਇਧਰ ਬਾਰਾਂ ਉਧਰ ਨੌ ਪਿੰਡਾਂ ਦੇ ਹੋਣਗੇ ਨੌ ਬਾਰਾਂ ਚ ਖਿਡਾਰੀ ਦਾ ਮਾਣ ਬੌਡਿਆਂ ਦੇ ਪੱਟੇ ਕੱਪ ਦਿੱਤੇ ਬੁੱਟ ਦੇ ਨਾਲ ਚੀਤਾਂ ਦੇ ਬੁੱਟ ਦੇ ਨਾਲ ਕਹਿੰਦੇ ਵੱਡੇ ਮਾਣ ਹੋਇਆ ਬਿਲਕੁਲ ਦੇਖੋ ਕੀ ਬਣਦਾ ਜੀਤ ਢਿੱਲੋਂ ਇਧਰ ਸਾਫ਼ ਗਿੱਲ ਜਿਹਨੇ ਕਹਿੰਦੇ ਗੱਡੀਆਂ ਦੀ ਪਿੰਟ ਪਾਈ ਹੈ ਟਾਲੀਵਾਲ ਦੇ ਵਿੱਚ ਪਹਿਲੀ ਗੱਡੀ ਧੂੜ ਦੇ ਦੀਏ ਯਾਦਾਂ ਕਹਿਣ ਦਿੱਤੀ ਗੱਡੀਆਂ ਦੀ ਪਿੰਟ ਪਾਉਣ ਵਾਲਾ ਪਹਿਲਾ ਪ੍ਰਮੋਟਰ ਸਾਡਾ ਸਾਫ਼ ਵਾਲੀ ਗੁਰਪ੍ਰੀਤ ਗਿੱਲ ਸੈਮੀ ਐਵਰੇ ਸੈਮੀ ਨੌ ਬਾਰਾਂ ਸਰਵ ਚੁੱਕਿਆ ਦੀ ਉਧਰ ਨੌ ਇਧਰ ਬਾਰਾਂ ਸਿੱਧੀ ਸੇਵਾ ਸਾਡਾ ਇਹ ਕਹਿੰਦੇ ਵੀ ਜਿਹੜਾ ਵੀ ਖਿਡਾਰੀ ਜਿਹੜਾ ਖਿਡਾਰੀ ਟੱਪਾ ਪਾ ਗਿਆ ਟੱਪਾ 500 ਦਾ ਆਉਣਾ ਹੋਰ ਟੱਪਾ ਕਹਿੰਦੇ 500 ਦਾ ਆਉਣਾ ਬਾਈ ਸ਼ੇਅਰ ਨੀ ਕਰਦੇ ਯਾਰ ਮੁੰਡਿਓ ਬਾਈ ਮੂਵ ਸੁਪਰੇ ਪਾਠ ਜੀ ਕਰੀਏ ਕਿੱਧਰ ਲੱਗਾ ਕਿੱਧਰ ਕਿੱਧਰ ਪਾਸੇ ਬਾਈ ਦੋਨੇ ਖੱਲੀ ਪਈ ਹੈ ਮੁੰਡੇ ਦੇ ਪੋਸਟਰ ਜਿਹੜੀ ਸਟੇਜ ਵਾਲੀ ਸਾਈਡ ਟੀਮ ਖੇਡ ਰਹੀ ਹੈ ਇਹ ਭੁਨਿਆਰੀ ਦੀ ਟੀਮ ਹੈ ਜੀ ਹਰਿਆਣੇ ਦੀ ਜ਼ਿਲ੍ਹੇ ਪਰਸੇ ਦੀ ਜਿਹਦੀ ਟੀਮ ਉੱਧਰ ਆਪਣੇ ਲੰਗਰ ਵਾਲੀ ਸਾਈਡ ਖੇਡ ਰਹੀ ਹੈ ਉਹ ਟੀਮ ਵਿੱਚ ਕਿਉਂਕਿ ਜਿਹੜੇ ਫੇਰ ਕਰਦੀ ਲੈ ਵੀ ਅਸੀਂ ਹਰਿਆਣੇ ਵਾਲਿਆਂ ਦੇ 12 ਨੰਬਰ ਹੈ
ਇੱਧਰ ਨੌ ਨੰਬਰ ਹੈ ਜੀ ਦੂਜਿਆਂ ਦੀ ਟੀਮ ਦੇ ਜਿਹੜੀ ਲੰਗਰ ਵਾਲੀ ਸਾਈਡ ਖੇਡਦੀ ਹੈ ਉਹਦੇ ਨੌ ਨੰਬਰ ਹੈ ਹਰਿਆਣੇ ਵਾਲੇ ਮੁੰਡਿਆਂ ਦੇ ਜਿਹੜੇ ਸਟੇਜ ਵਾਲੀ ਸਾਈਡ ਹੈ ਇਹਨਾਂ ਦੇ 12 ਨੰਬਰ ਹੈ ਜੀ ਕੋਈ ਨੀ ਮੇਰਾ ਵੈਸੇ ਕਿਹਾ ਉਧਰ ਸਾਡੇ ਬਾਪੂ ਜੀ ਬਲਜੀਤ ਮੋੜੀਆਂ ਤੇ ਨਾਲ ਕੁਲਵੰਤ ਮੋੜੀਆਂ ਕਹਿੰਦੇ ਭਾਈਆਂ ਦੇ ਵੱਲ ਜੋ ਪਿਆਰ ਹੈ ਤੇਰੀ ਤੇਰੀ ਇੱਕ ਜਿੱਤਣੀ ਦੇਖਣ ਨੂੰ ਦੋ ਲੱਗਦੇ ਬਾਪੂ ਜੀ ਬੈਠੇ ਹੈ ਬੈਠਾ ਦਾ ਆਨੰਦ ਮਾਣ ਰਹੇ ਹੈ ਇਹਦਾ ਧੰਨਵਾਦ ਆਪਾਂ ਕਰਾਂਗੇ ਇਹਦੇ ਵਿੱਚ ਸਾਈਡਾਂ ਦੱਸ ਲਿਆ ਕਰੋ ਨੌ ਬਾਰਾਂ ਜੀ ਨੌ ਬਾਰਾਂ ਸਰਵਿਸ ਚੁੱਕਿਆ ਦੀ ਉਧਰ ਨੌ ਇੱਧਰ ਬਾਰਾਂ 19 ਨੰਬਰਾਂ ਦਾ ਗੇਮ ਹੈ ਸਾਡੇ ਸੋਚੀ ਬੈਂਕ ਜੀ ਯੂਐਸਏ ਸੁਨੀਤ ਜੰਡ ਜੀ ਯੂਐਸਏ ਹਰਪ੍ਰੀਤ ਸੋਨਰ ਯੂਐਸਏ ਜੋਤ ਮਹਿਤਾ ਜੀ ਯੂਐਸਏ ਨਾਲ ਹਰਪ੍ਰੀਤ ਸਿੰਘ ਸਾਡਾ ਕਨੇਡਾ ਤੇ ਨਾਲ ਮੁਕਿੰਦਰ ਸਿੰਘ ਜੀ ਸਕਸ਼ਮ ਖੇਡ ਰਿਹਾ ਉਧਰ ਤੇ ਕਮਲ ਸੋਨਰ ਕਨੇਡਾ ਸਾਡਾ ਭਰਾ ਫੇਰ ਚੇਂਜ ਸਾਹਮਣੇ ਕਹਿੰਦੇ ਮੁੰਡੇ ਨੇ ਟੱਪਾ ਪਾ ਦਿੱਤਾ ਹੈ ਬੜੀ ਕਮਾਲ ਦੀ ਫਿਰ ਖੁੱਲੀ ਆ ਰਹੀ ਹੈ ਸਰਵਤ ਭਨੇਰੀ ਜੀ 12-9 ਫੇਰ ਚੇਂਜ 9-12 ਸਰਵਤ ਚੁੱਕਿਆ ਦੀ ਬਹੁਤ ਬੜਾ ਧੰਨਵਾਦ ਕਰਦੇ ਹਾਂ ਵੀਰਾਂ ਦਾ ਇੱਧਰ ਜਿੰਨੇ ਵੀ ਸਾਡੇ ਸਮੁੱਚੇ ਪ੍ਰਬੰਧਕ ਵੀਰ ਨੇ ਤੇ ਸਾਰੇ ਪ੍ਰਬੰਧਕ ਵੀਰਾਂ ਦਾ ਦਿਲੋਂ ਧੰਨਵਾਦ ਹੈ ਪਰ ਇੱਧਰ ਗੱਭਰੂ ਨੇ ਸ਼ੁਰੂਆਤ ਜਿਹੜੀ ਉਹ ਕਰ ਦਿੱਤੀ ਹੈ ਮਿੱਤਰਾ ਵੀ 9-12 ਸਰਵ ਚੁੱਕਿਆਂ ਦੀ ਉਧਰ 9 ਵਧੀਆ ਹੋ ਗਿਆ ਕਿਰਦੇ ਵਰਕ ਬਈ ਇੱਧਰ 12 ਹਾਉ ਸੁਤੰਤਰ ਤੋਂ ਸਰਤਾਜ ਦੀ ਆ ਹੁਣ ਸਾਡਾ ਸਫ਼ਰ ਵਿੱਚ ਚੱਲਦੇ ਰਹਿਣਾ ਸਿੱਧੂ ਫਾਈਨਲ ਜਾ ਵੀਰੇ ਕਲੋਜ਼ ਫਾਈਟਰ ਫਾਈਨਲ ਜਾ ਫਾਈਨਲ ਦੀ ਕਲੋਜ਼ ਫਾਈਟਰ ਹਾਉ ਪਸਤਾਰ ਕਦੇ ਨਹੀਂ ਲਾਹੀ ਦੀ ਉਧਰ 9 ਇੱਧਰ 12 ਕਦੇ ਨਹੀਂ ਲਾਹੀ ਨੂੰ ਉਧਰ ਸਾਡਾ ਕਿੰਨਾ ਸੁਣ ਲੈ ਕਿੰਨਾ ਕਿਹੜਾ ਪਲੱਸ ਟੂ ਤੇ ਪਾਸ ਹੋ ਗਿਆ ਹਾਉ ਤੇਰੇ ਗੀਤ ਬੜਾ ਦੇਸ਼ ਹੋਇਆ ਸੀ ਕਿੰਨਾ ਸੁਣ ਯਾਰਾਂ ਦਾ ਯਾਰ ਹੈ ਨਾਲ ਸਾਡਾ ਦਰਸ ਖੁੱਦ ਹੈ ਜਿੱਤੇ ਵੀ ਸਰਵਿਸ ਇਧਰ ਬਹੁਤ ਪਿਆਰਾ ਵੀਰ ਆ ਸਾਡੀ ਜ਼ਿੰਦਗੀ ਦਾ ਚੇਂਜ ਹੋ ਗਿਆ ਬੁੱਢੇ ਬਾਈ ਮੈਂ ਤੈਨੂੰ ਜਾਣਕਾਰੀ ਦੀ ਵਿੱਚ ਵਾਧਾ ਕਰਦਾ ਤੇ ਕੱਲ ਭਰਾ ਸਾਡੇ ਨੇ ਦੋਨੋਂ ਪਾਣੀ ਵਾਲੇ ਵੀਰਾਂ ਦਾ ਗੱਡਾ ਬਾਲ ਕੀਤਾ ਚਾਂਦੀ ਦੇ ਕੜਿਆਂ ਦੇ ਨਾਲ ਬਹੁਤ ਖੁਸ਼ੀ ਹੋਈ ਪਾਣੀ ਵਾਲੇ ਭਰਾਵਾਂ ਦੇ ਵੱਡੇ ਨਾਲ ਜਿਹੜੇ ਚਾਂਦੀ ਦੇ ਕੜਿਆਂ ਦੇ ਨਾਲ ਹੋਏ ਇਸ ਧਰਤੀ ਦੇ ਉੱਤੇ ਬਹੁਤ ਖੁਸ਼ੀ ਦੀ ਗੱਲ ਹੈ ਸਿਰਾ
ਹਰਸ਼ਰੀ ਦੇਗਾ ਕੋਟ ਸਾਨੂੰ ਦੇ ਸਿਰ ਉੱਤੇ ਜਾ ਰਿਹਾ ਰਾਜ ਸੁਣਿਆ ਇਧਰ ਚੁੱਕਿਆ ਚੰਗਾ ਸੁੰਦਰ ਤੇ ਗੌਰ ਖੁਦ ਇਹਨਾਂ ਭਰਾਵਾਂ ਦੇ ਵੀ ਗਿਆਨਾ ਸਭਾ ਕਰ ਦਿੱਤਾ ਬਹੁਤਾ ਧੰਨਵਾਦ ਗੁਰੀ ਹਰ ਕੇ ਵੀਰੇ ਥਾੜ ਰਹੇ ਥਾੜ ਗੁਰੀ ਹਰੀ ਸੰਦੇਸ਼ ਕੁਮਾਰ ਜੀ ਸਰਪੰਚ ਗੌਰਵਪੁਰ ਅਵਤਾਰ ਸਰਪੰਚ ਜੀ ਭਾਗੋਵਾਲ ਤੇ ਸੰਘਾ ਸਰਪੰਚ ਜੀ ਫੈਜਪੁਰ ਉਹਨਾਂ ਵੱਲੋਂ ਵੀ ਜਿਹੜੇ ਰਿਪੋਰਟ ਭੇਜਦੇ ਹੋਏ ਬਰਾਬਰ ਦੀ ਭਾਜੀ ਬਰਾਬਰ ਦੀ ਭਾਜੀ ਮੋੜ ਤੇ ਆ ਖੰਜਰ ਵਾਲੀਆਂ ਜੱਟ ਨੇ ਇੱਕ ਤਾੜੀ ਤੋਂ ਮੋੜੇ ਗੱਭਰੂ ਲਈ ਖੰਜਰ ਵਾਲੀਆ ਪਾ ਗਿਆ ਉਧਰ ਜਤਿੰਦਰ ਵਾਲੇ ਭਰਾ ਹੈ ਜਿਹਨਾਂ ਦੀਆਂ ਬਹੁਤ ਬੜੀਆਂ ਟਰਾਫੀਆਂ ਅੱਜ ਇੱਥੇ ਵੀ ਸਪੋਂਸਰ ਕੀਤੀਆਂ ਵੀਰਾਂ ਨੇ ਬੜਾ ਧੰਨਵਾਦ ਹੈ ਜਗਤਾਰ ਪੁਰੀਆ ਸੁਖਜੀਤ ਪੁਰੀਆ ਅੰਮ੍ਰਿਤ ਪਾਠਕ ਸਾਹਿਬਾ ਤੇ ਬਿੱਦੀ ਕਿਉਂ ਮਾਇਦਾ ਉਹਨਾਂ ਵੱਲੋਂ ਇੱਕ ਹਜ਼ਾਰ ਪੈਦਾ ਹੋ ਗਿਆ ਇਧਰ ਮੇਰੇ ਮਿੱਤਰੋਂ ਨਾਨ ਵੀ ਖਿਡਾਰੀਆਂ ਦੇ ਵੱਡੇ ਕੀਤੇ ਜਾ ਰਹੇ ਨੇ ਹੋ ਮੇਲਾ ਵੱਡੇ ਪੱਧਰ ਦੇ ਉੱਤੇ ਅੱਜ ਕਹਿੰਦੇ ਕਰੋ ਪਰ ਭਾਗੋ ਮਾਜਰੀ ਦੀ ਧਰਤੀ ਤੇ ਖੇਡਿਆ ਜਾ ਰਿਹਾ ਤੇ ਕਿੰਨਾ ਸਿੰਗਲ ਇਹਦਾ ਸੂਟਰਾਂ ਦਾ ਟੱਪਾ ਪਾਈ ਸੂਟਰ ਦੇ ਲਈ 1100 ਹੋਣਾ ਹੈ ਜਿੰਨੇ ਟੱਪੇ ਪਹਿਨੇ ਉੱਨੇ 1100 ਕੀ ਕਹਿੰਦਾ ਗੁਰਲਾਲ ਦੱਸਦੇ ਨੰਬਰ ਕਬੀਰੀ ਆਓ ਸਾਹਮਣੇ ਨੰਬਰ ਦੇ ਆਓ ਬਾਈ 13 ਇੱਧਰ ਹੋ ਗਏ ਭਣਿਆਰੀ ਦੇ ਉਧਰ 9 ਬੈਠਾ ਚੁੱਕਿਆ ਦੇ ਇੱਧਰ 13 ਉਧਰ 9 ਫਿਰੋਜ਼ਾ ਬੀ ਫਾਈਨਲ ਚ ਲਵਦੀ ਬੋਰੀ ਕਲੋਜ਼ ਫੈਡਰੋਰੀ ਤਾੜੀ ਕੁੜੀ ਆਓ ਵੇਖ ਬੱਚਾ ਤੇ ਅੱਜ ਤੇ ਚਾਚੇ ਵੱਡੇ ਇਹਨੂੰ ਦੁਨੀਆ ਕੰਪਿਊਟਰ ਕਹਿੰਦੀ ਆ ਸ਼ਾਲੂ ਦਾ ਕਹਿੰਦੇ ਪੰਨਸਾਰੀ ਪਿੰਡ ਹੈ ਔਰ ਲੰਬਾ ਸਮਾਂ ਹੋ ਗਿਆ ਆ ਗੱਭਰੂ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਧੰਨ ਧੰਨ ਕਰਵਾਈ ਹੋਈ ਹੈ ਉਹ ਪਈ ਹੈ ਤਾੜੀ ਮਾਰੋ ਯਾਰ ਇੱਕ ਵਾਰੀ ਦੋਨੋਂ ਟੀਮਾਂ ਦੇ ਲਈ ਗੱਭਰੂ ਨੇ ਥੱਲੇ ਥੱਲੇ ਕਰਾਰ ਰੱਖੀ ਹੈ ਮੇਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਜ਼ਿਲ੍ਹੇ ਮੋਹਾਲੀ ਦੇ ਵਿੱਚ ਜਿਹੜਾ ਖੇਡਿਆ ਜਾ ਰਿਹਾ ਹੈ ਅੱਜ ਤੇ ਰੌਣਕਾਂ ਲੱਗੀਆਂ ਹੋਈਆਂ ਤੇ ਕੱਲ ਨੂੰ ਰਾਏਸਰ ਦੇ ਵਿੱਚ ਪਟਾਕੇ ਪੈਣੇ ਆਓ ਕੱਲ ਨੂੰ ਵੀ ਕਹਿੰਦੇ ਪਟਾਕੇ ਪੈਣਗੇ ਅੱਜ ਤੇ ਨਾਗਰ ਚੰਦਰਾ ਬਾਲ ਦੀ ਜਾਨ ਹੀ ਕੱਢ ਦਿੰਦਾ ਇਹ ਤੇ ਬਾਲ ਦੀ ਯਾਰ ਹੀ ਕੱਢ ਦਿੰਦਾ ਵੱਡਾ ਬੈਠਾ ਹੋ ਸਾਹਮਣੇ ਦਾਸੀਆਂ ਬੇਟ ਬੱਲਾ ਪਰ ਤੱਕ ਦੇ ਲਾਗੇ ਦਾ ਖਿਡਾਰੀ ਬੱਲੇ 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 ਆਹ ਕੇ ਸਿੰਘ ਦਾ ਪੁੱਤਰ ਹੈ ਰਾਜਪਾਲ ਨਾਮ ਹੈ ਦੁਨੀਆ ਕਾਬਲੀ ਬਾਬਲੀ ਕਹਿੰਦੀ ਹੈ ਉਧਰ ਚੁੱਕੇ ਵਾਲੇ ਮੁੰਡੇ ਇਹ ਦੇਸ਼ ਵਾ
ਇੱਕ ਤਾੜੀ ਯਾਰ ਪ੍ਰਬੰਧ ਕਮੇਟੀ ਦੇ ਨਾਮ ਤੇ ਮਾਰਦੇ ਜ਼ੋਰਦਾਰ ਦੀ ਖੁੱਲ੍ਹੇ ਸਵਾਦ ਹੈ ਗਾਉਂਦੇ ਰਹੋ ਰੱਬ ਲੰਬੀਆਂ ਉਮਰਾਂ ਕਰੇ ਸੁੱਟੀਆਂ ਯੋਧੇ ਗਾਉਂਦੇ ਰਹੋ ਲੋ ਫੌਜੀ ਫਿਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ 14 ਹੋ ਗਏ ਜੱਸੀ 14 ਉਧਰ ਸਾਡੇ 14 ਸਰਪੰਚ ਪੈਰੇ ਪਰ 14 ਸਰਪੰਚ ਜੀ ਭਾਗੇ ਇਹ ਦੋਨਾਂ ਲਈ ਵੀ ਬੰਦਾ ਮਾਨ ਦੇ ਗਿਆ ਹੈ ਜਿਹੜਾ ਖਿਡਾਰੀ ਕਹਿੰਦੇ ਟੱਪਾ ਪਾ ਗਿਆ ਟੱਪਾ 500 ਦਾ ਹੋਣਾ ਜੀ ਟੱਪਾ 500 ਦਾ ਹੋਣਾ ਉਧਰ ਦਸ ਮਿੰਟ ਸਾਡਾ ਨਾਲ ਚੰਨਾ ਸਿੰਘ ਕਹਿੰਦਾ ਜੀ ਜਿਹੜਾ ਬਾਅਦ ਕੁਝ ਬਰਜੀ ਗਈ ਪਹਿਲਾਂ ਚਾਰ ਗਈਆਂ ਸੀ ਇਹ ਨੀ ਮੰਨਦਾ ਇਹ ਨੀ ਮੰਨਦਾ ਆਓ ਬੱਲੇ ਭਨਿਆਰੀ ਵਾਲੇ ਆਓ ਨੱਪੀ ਆਉਂਦੇ ਆ ਕਿੱਲੀ ਉਧਰ ਖੰਜਰ ਵਾਲੀਆ ਭਿੰਡੀਆਂ ਚ ਪਾਣੀ ਪਾ ਗਿਆ 9-15 ਚੇਂਜ ਲਾਇਆ ਸਾਨੂੰ ਤੇ ਆ 500 ਤੇ ਇਦਾਂ ਕਰਤਾ ਜੀ ਬਿੰਦੀ ਚ ਮਾਇਦਾ ਜਿਹੜੀਆਂ 5 ਬਾਲਾਂ ਦੇ 500 ਲਾਇਆ ਸੀ ਉਹ ਵੀ ਬਿੰਦੀ ਦਾ ਕਰਤਾ 55,000 ਦੇ ਸਹਿਯੋਗ ਹੈ ਉਧਰ ਸਾਡਾ ਜੀਵਨ ਵਾਲੀਆ ਕਨੇਡਾ ਵਾਲਾ ਅੱਜ ਕਹਿੰਦੇ ਹਰਜੀਤ ਉਹਨਾਂ ਭਰਾਵਾਂ ਦੇ ਗੱਡੀਆਂ ਪੁਲਟ ਦਿੱਤੇ ਜਾਂਦੇ ਹੈ ਔਰ ਕਿਹੜੇ ਕਿਹੜੇ ਖਿਡਾਰੀ ਵੋਟਾਂ ਦੇ ਜੇਤੂ ਹੋਣਗੇ ਥੋੜੇ ਸਮੇਂ ਦਾ ਇੰਤਜ਼ਾਰ ਹੈ ਇੰਤਜ਼ਾਰ ਦੀਆਂ ਘੜੀਆਂ ਅੱਤਕ ਹੋ ਜਾਂਦੀਆਂ ਅੱਜ ਦੇ ਕਹਿੰਦੇ ਧੜਾਕੇ ਪੈਂਦੇ ਹੈ ਖਿਡਾਰੀ ਵਾਲੇ ਮੁੰਡਿਆਂ ਨੇ ਵੱਡੀ ਲੀਡ ਬਣਾ ਲਈ ਹੈ ਰਾਣਾ ਬਰਾਰ ਕਹਿੰਦੇ ਰਾਜਪਾਲ ਬਾਗੜੀ ਔਰ ਰਾਜਪਾਲ ਬਾਗੜੀ 1100 ਹੋ ਗਿਆ 15-9 ਚੰਡਾ ਸੌ ਗਿਆ ਸਾਡਾ ਤੇ 10 ਮਿੰਟ ਨਹੀਂ ਗਾਉਂਦੀਆਂ 1100 ਬਣ ਨਹੀਂ ਆਉਂਦਾ ਇਹ ਮੁੰਡਾ ਪਰਲੇ ਪਾਸੇ ਇੱਕ ਗੱਲ ਵੇਖੋ ਯਾਰ ਨਹੀਂ ਲਾ ਨੀ ਹੁੰਦਾ ਮਿਲਦਾ ਕੁਝ ਨੀ ਪਰ ਮੁੰਡੇ ਪੈਸੇ ਨਾਲ ਦੀ ਨਾਲ ਦਿੰਦੇ ਕਟਾਰੀ ਭਾਗੋ ਮਾਜਰ ਵਾਲੇ ਜੱਟ ਨੱਪੀ ਆਉਂਦੇ ਆ ਕਿੱਲੀ ਇੰਦਰ ਸਿੰਘ ਕਹਿੰਦਾ ਵੀ 500 ਮੇਰਾ ਵੀ ਪਾ ਦੋ ਹੁਣ 1500 ਬਾਕੀ ਹੈ ਟੱਪੇ ਦਾ ਜਿਹੜਾ ਸੂਟਰ ਅੰਦਰ ਟੱਪਾ ਪਾ ਗਿਆ 1500 ਹੋਣਾ ਚਾਹੀਦਾ ਉਹ 1500 ਹੋਵੇ 1500 ਟੱਪਾ ਆਂਟਾ ਕਹਿ ਕੋਟ ਗੁਰੂ ਵਾਲਿਆ ਟੱਪਾ 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 ਪਰ ਹਲੇ ਵੀ ਇਹ ਟੱਪ ਦਾ ਜਾਂਦਾ ਲਾ ਕੇ ਨੀ ਖੇਡੀ ਜਾਂਦੀ ਭਨਿਆਰੀ ਵਾਲੇ ਨੇ 16 ਜੋੜਤਾ ਭਨਿਆਰੀ 9 ਚੁੱਗੇ ਵਾਲਾ ਦੀ ਜੀ 16 ਦੇ ਕਿੰਨੇ ਜੀ 9 ਇੱਧਰ 16 ਤੇ 9 ਦੀ ਖੇਡ ਜਿਹੜੀ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਬੜੇ ਮਾਣ ਵਾਲੀ ਗੱਲ ਆ ਵੀ ਔਰ ਭਰਾਵਾਂ ਦੇ ਕਹਿੰਦੇ ਵੱਡੇ ਮਾਣ ਬਖਸ਼ੇ ਜਾਂਦੇ ਨੇ ਇਸ ਵੱਡੇ ਕੱਪ ਦੇ ਉੱਤੇ ਮਾਣ ਸਨਮਾਨ ਵੱਡੇ ਹੈ ਉੱਧਰ
ਜਨਰਲ ਸੋਨੇ ਰਾਜਨ ਜੰਗ ਭਰਾ ਕਹਿੰਦੇ ਵੀ ਸਾਡੇ ਜੱਜ ਸਾਹਿਬਾਨ ਬੈਠੇ ਹੈ, ਸੈਮੀ ਦਾ ਵੀ ਕੱਲਾ ਕੱਲਾ ਨੰਬਰ ਦੇਖਿਆ ਜਾ ਰਿਹਾ ਹੈ, ਬੈਂਡਾਂ ਦੇ ਵਿਚ ਵੀ ਨੰਬਰ ਕਾਊਂਟ ਹੋਣਗੇ, ਜਿਹਦਾ ਹੱਕ ਬਣਦਾ ਦੋਨੋਂ ਦੇਣਾ, ਇਹ ਵੀ ਨੋਟ ਰੱਖੇ ਸਾਰੇ ਖਿਡਾਰੀ ਤੇ ਨੰਬਰ ਜਿਹੜੇ ਸੋਟਾਂ ਦੇ ਕਿਤੇ ਜਾ ਰਹੇ ਹੈ। ਹਾਂਜੀ ਦਲਾਲ ਜੀ, ਮੈਂ ਮੇਰੇ ਮਿੱਤਰ ਮੁੰਡਾ ਜਿਹੜਾ ਉਹ ਕੌਣ ਨਿਰਪੱਖ ਹੈ ਜਿਹਦੇ ਵਿਚ ਕੋਈ ਸ਼ੱਕ ਨਹੀਂ, ਔਰ ਅੱਜ ਫਿਰ ਮੀਡੀਆ ਵਾਲੇ ਮੁੰਡਿਆਂ ਨੇ ਆਹ ਮੇਲੇ ਦੇ ਵਿਚ ਰੰਗ ਬੰਨ ਦਿੱਤੇ ਮੇਰੇ ਮਿੱਤਰੋ, ਔਰ ਚੱਲ ਦੇਖਿਆ ਵੀ ਵੱਡੇ ਹੈ, ਵੱਡਾ ਟੱਪ ਹੈ, ਅੱਜ ਵੱਡਾ ਮੇਲਾ ਤੇ ਪੈਸਟਾਂ ਦੇ ਲਈ ਫੋਟੋਆਂ ਦੇ ਲਈ ਉਹ ਫੋਟੋ ਦਿੱਤੇ ਜਾਣਗੇ, ਗੱਲਾਂ ਹੋਣਗੀਆਂ ਵੀ ਲੁੱਟਿਆਂ ਨੇ ਮੋਗੇ ਰੋਡ ਤੇ ਝੱਟ ਦਾ ਬੁਲਟ ਮਾਰੇ ਪੜਕਾ, ਆਹ ਲੁੱਟਿਆਂ ਨੇ ਮੋਗੇ ਰੋਡ ਤੇ, ਪਰ ਇਧਰ ਪਾਗੜੀ ਜੀ ਗਲਤੀ ਕਰ ਗਿਆ ਵੱਡੀ, ਫਿਰ ਗਰਾਊਂਡ ਵਿਚ ਵਧੀਆ ਵਧੀਆ ਸਰੀਨ ਚਲੋ ਵੀਰੇ ਹਰੀਮਾਨ ਵੱਲੋਂ ਰਾਜੂ ਬਾਗੜੀ ਰਵਿੰਦਰ ਪੁੱਟਰ ਤੇ ਨਾਲ ਸੁੱਖਾ ਬਣਾਇਆ ਕਹਿੰਦੇ ਯਾਰਾਂ ਦਾ ਯਾਰ ਹੈ ਜਿਹੜੀ ਟੀਮ ਆ ਮੈਚ ਦੇ ਵਿਚ ਜਿੱਤ ਗਈ ਤੇ ਰੁਪਿਆ 1100 ਹੋਣਾ ਸੁੱਖਾ ਬਣਾਇਆ ਤੇ ਹੈਪੀ ਗਿੱਲ ਕਾਨੂੰਨੀ ਜਾਮ ਦੀ ਤੇ ਲੜੂਣੀ ਜਾਮ ਦੀ ਕੱਟੀਏ ਜੱਜ ਨੇ ਹੈਪੀ ਗਿੱਲ ਲੜੂਣੀ ਜਾਮ ਦੀ ਗਿੱਲਾਂ ਦੇ ਮੁੰਡੇ ਕਹਿੰਦੇ ਵੀ 1100 ਜਿਹਦੀ ਆਹ ਮੈਚ ਤੇ ਜਿੱਤ ਗਈ ਪੁਆਇੰਟ ਲੱਗਿਆ ਬਾਬਾ ਬਾਈ ਜੀ 10 ਹੋ ਗਏ 10, 16, 17 ਓਕੇ ਸਰ 10, 17 ਜੀ 10 ਹੋ ਗਏ ਚੁੱਗਣ ਵਾਲੇ ਮੁੰਡਾ ਦੇ ਇੱਧਰ 17 ਪੁਆਇੰਟ ਆਇਆ ਭਨਿਆਰੀ ਟੀਮ ਦੇ ਚਾਕੇ ਦੇ ਲਈ ਕਰਾਕ ਮੌਸੀ ਦਾ ਜ਼ਰੂਰ ਪਹੁੰਚਾ ਕਰਦੇ ਤੜਕੇ ਤੋਂ ਲੈ ਕੇ ਨੰਬਰਾਂ ਦੀ ਸੇਵਾ ਕਰ ਰਹੇ ਬਹੁਤ ਵੱਡੀ ਗੱਲ ਹੈ ਕਿ ਚਾਚਿਆ ਹੱਥਾਂ ਬਿੰਦੀ ਚੌਕਾਇਦਾ 500 ਦਾ ਫੇਰ ਚੇਂਜ ਲਈ ਆ ਗਿਆ 17 ਦਾ ਫੇਰ ਚੇਂਜ ਕਿਹੜੇ ਕਿਹੜੇ ਤੰਦਰ ਨੂੰ ਪਿਆਰ ਕਰਦੇ ਹੈ ਆਓ ਭਾਪੇ ਵਾਰੇ ਵਾਲੇ ਤਾਰੀ ਮੁੰਡੇ ਲਈ ਨਹੀਂ ਸੁਖਣਾ ਚਾਹੁੰਦਾ ਵੱਡੇ ਵੱਡੇ ਪੇਪਰਾਂ ਦੇ ਇਹਦੇ ਦਾਲੀ ਵਾਲ ਦਾ ਇਤਿਹਾਸ ਬਦਲਾ ਦਿੱਤਾ ਤੇਰਾ ਤੇ 500 ਦਾ ਕੁਲਦੀਪ ਦਾ ਸਨਮਾਨ ਮੈਚ ਤੋਂ ਬਾਅਦ ਇੱਧਰ ਖੰਡੇ ਦਾ ਖਿੰਡਗੀ ਦਾ ਬਹੁਤ ਪਿਆਰਾ ਵੀਰ ਹੈ ਇਹ ਤਾਂ ਗੋਲਾਂ ਦੇ ਲਈ ਬੰਦਾ ਤਾਂ ਜਸਵਿੰਦਰ ਢਿੱਲੋਂ ਦੇ ਲਈ ਤੇ ਕੋਟਪੁਰ ਵਾਲੇ ਕੁਲਦੀਪ ਦੇ ਲਈ ਕਹਿੰਦਾ ਸਾਡੇ ਆਪਾਂ ਵੱਡੇ ਨਾਂ ਕਰਦੇ ਹੈ ਇੱਕ
ਕੱਪੀ ਤੋਂ ਓ ਬੱਲੇ 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 ਰੱਬ
ਉੱਤੇ ਤੇ ਧਰਤੀ ਥੱਲੇ ਉਹ ਬੱਲੇ ਬੱਲੇ ਕਹਿੰਦੇ ਹੋਈ ਪਈ ਹੈ ਇੰਦਰਾਬ ਕਰਾ ਦੇ ਬੱਲੇ ਬੱਲੇ ਉਹ ਜੱਟਾਂ ਨੇ ਕਹਿੰਦੇ ਅੱਜ ਦੇਵ ਲੋਕ ਦੀ ਧਰਤੀ ਕਰਦੀ ਹੈ ਇਹ ਪੈਰੋਂ ਤੇ ਭਾਗੇ ਮਾਰੇ ਵਾਲੇ ਹੈ ਉਹ ਸਾਹਮਣੇ ਵੱਡਾ ਤੋਰ ਬਣਾ ਗਿਆ ਬਦਲਤੀ ਤੋਰ ਬਣਾਤਾ ਤੋਰ ਗੱਲ ਬਣ ਗਈ ਕਿ ਹੋਰ ਢਿੱਲੇ ਅੱਗੇ ਗੱਲਾਂ ਬਾਤਾਂ ਹੋਰ ਹੈ ਸੋਲਾਂ ਮੈਚ ਖੇਡ ਮੈਦਾਨ ਦੇ ਵਿੱਚ ਟੱਕਰ ਕਦੇ ਕਦੀ ਜਾਨ ਪਰ ਖੇਡੀ ਜਾ ਰਹੀ ਹੈ ਚੇਲਾ ਚੇਲਾ ਹੁੰਦਾ ਬਸ ਬਾਬੇ ਖੇਲਾ ਖੇਲਾ ਹੁੰਦਾ ਪਿੰਡੋ ਪਿੰਡੋ ਕਰੇਲਾ ਕਰੇਲਾ ਹੁੰਦਾ ਬੱਕਰਾ ਬੱਕਰਾ ਲੇਲਾ ਲੇਲਾ ਹੁੰਦਾ ਸਿੰਜ ਸਿੰਜ ਮੇਲਾ ਮੇਲਾ ਹੁੰਦਾ ਰੱਬੀਆ ਰੱਬੀਆ ਢੇਲਾ ਢੇਲਾ ਹੁੰਦਾ ਹੋ ਗੁਰੂ ਗੁਰੂ ਦੇ ਚੇਲਾ ਕੇਲੇ ਹੁੰਦਾ ਉਧਰ ਗੁਰਦੀਪ ਤੋੜੀਆਂ ਸੋਧਾ ਗੁਰਦੀਪ ਕਹਿੰਦੀ ਆ ਦੁਨੀਆਂ ਨਾਲ ਕਹਿੰਦੇ ਜਗਤਾਰ ਹੈ ਤੋੜੀਆਂ ਵਾਲਾ ਉਹ ਕਹਿੰਦੇ ਵੀ ਜਿਹੜਾ ਮਰਜ਼ੀ ਟੱਪਾ ਪਵਾਵੇ ਨਿਤ ਬੈਨ ਪੰਜ ਜਿਹੜਾ ਮਰਜ਼ੀ ਟੱਪਾ ਪਵਾਵੇ ਟੱਪਾ 500 ਦਾ ਆਉਣਾ ਹੈ ਉਹ ਟੱਪਾ 500 ਦਾ ਆਉਣਾ ਹੈ ਧਰਤੀ ਦੇ ਕਲੀ ਕੁਰਾਰੇ ਦੇ ਨੱਚੋ ਵੀ ਸਾਰੀ ਰਾਤ ਹੈ 12-18 ਹੋ ਗਏ ਬਾਈ ਮੇਰੇ ਖਿਆਲ ਚ 12-18 ਦੋ ਪੜ ਲਾ ਕੇ ਚੁੱਕਿਆ ਵਾਲੇ 12-18 ਹੋ ਗਏ ਗੁਰਦੀਪ ਦੀਆਂ ਗੱਲਾਂ ਛੋਟੇ ਗੁਰਦੀਪ ਦੀਆਂ ਅੱਜ ਭਰਾ ਹੋਏ ਆ ਦਰਬਾਰ ਹੋਲ ਹੈ ਗੋਦ ਗੁਰੂਆਂ ਦੇ ਕੰਨਿਆਂ ਦੀ ਬਾਲ ਹੋਲ ਹੈ ਕੌਣ ਕੇ ਧਨ ਧਨ ਕਰਵਾਉਣਾ ਸਮੇਂ ਦੀਆਂ ਪਾਤਾਂ ਹੋਣਗੀਆਂ ਉਧਰ ਤੇ ਉਧਰ ਬੀਤੀ ਹੈ ਸਦਾ ਤੇ ਨਾਲ ਰਵਿੰਦਰ ਬੀਤੀ ਹੈ ਰਵਿੰਦਰ ਬਿੱਕੀ ਤੇ ਰਵਿੰਦਰ ਦੀਪੂ ਸਾਡਾ ਵੀਰੋ ਦਾ ਭਰਾਵਾ ਲੱਗੇ 1000 ਆ ਗਿਆ ਰਾਜਵਿੰਦਰ ਬਲ ਸਾਈਪ੍ਰਸ ਉਧਰ ਰਾਜਵਿੰਦਰ ਬਲ ਸਾਈਪ੍ਰਸ ਵਾਲਾ ਬੱਲੇ ਰਾਜ ਦੀਆਂ ਗੱਲਾਂ ਕਹਿੰਦੇ ਰਾਜ ਦੀਆਂ ਹੁੰਦੀਆਂ ਤੇਰਵਾਂ ਨੰਬਰ ਜੋੜ ਕੇ ਮੁੰਡਾ ਚੁੱਗਿਆਂ ਵਾਲੇ ਤੇ ਭੰਡਿਆਰੀ ਵਾਲਿਆਂ ਦਾ ਇੱਕ ਹੀ ਜਿਹੜਾ ਖੜਾ ਇੱਧਰ ਕੀ ਪੁਆਇੰਟ ਸਾਡਾ ਉਧਰ 13 ਨਾਲ 13 ਸਿੰਘ ਹੈ 18 ਬੜਾ ਪਿਆਰ ਹੈ ਮੁੰਡਿਆਂ ਦਾ ਯਾਰੀ ਜੱਤ ਦੀ ਤੂਤ ਦਾ ਦੋਸ਼ਾ ਕਦੇ ਨਾ ਵਿਚਾਰੇ ਟੁੱਟਦੀ ਕਹਿੰਦੇ ਬੜਾ ਪਿਆਰ ਹੈ ਤੇਰੀ ਤੇਰੀ ਇੱਕ ਜਿੱਤਣੀ ਦੇਖਣ ਦੇ ਦੋ ਲੱਗਦੇ ਦਰਸ਼ ਖੁੱਦ ਤੇ ਚੰਨਾ ਸੋਗਲ ਕਹਿੰਦੇ ਯਾਰਾਂ ਦਾ ਯਾਰ ਹੈ ਉਹ ਬੱਲੇ ਉਹ ਚੁੱਗਿਆਂ ਵਾਲੇ ਮੁੰਡੇ ਫਿੱਟ ਹੋ ਗਏ ਹੁਣ ਉਹ ਚੁੱਗਿਆਂ ਵਾਲੇ ਲਾਸਟ ਨੰਬਰ ਜੋੜ ਗਿਆ ਟੱਪਾ ਪਾ ਕੇ ਲਾਸਟ
ਬਿੱਡੀ ਦੇ ਸੋਢੀ ਵਰਗੇ ਬੰਦੇ ਵਰਗੇ ਰਵੀ ਵਰਗੇ ਜੇਕਰ ਤਾਰ ਉਸ ਇਲਾਕੇ ਨੇ ਬਾਪਰਿਆਂ ਦੇ ਚੀਤੇ ਵਰਗੇ ਪੈਦਾ ਕੀਤੇ ਹੈ ਰਾਜਵਿੰਦਰ ਬਲ ਵੱਲੋਂ ਮਣੀ ਦੇ 4,4,100 ਦੀਆਂ ਉਧਰ ਰਾਜਵਿੰਦਰ ਬਲ ਸਾਡਾ ਕਹਿੰਦਾ ਸਾਈ ਪ੍ਰਸਾ ਮਣੀ ਦੀਆਂ 4,4,100 ਦੀਆਂ ਹੋ ਗਈਆਂ ਮਣੀ ਦੀਆਂ 4,00,000 ਇੱਕ ਨੰਬਰ ਦੀ ਖੇਡ ਬਾਕੀ ਹੈ ਕੁਝ ਕਿਆ ਨਹੀਂ ਜਾ ਸਕਿਆ ਖੜਾ ਕੋਟ ਗੁਰੂ ਵਾਲਾ ਓ ਖੜਾ ਕੋਟ ਗੁਰੂ ਵਾਲਾ ਫਾਈਨਲ ਪਨਿਆਰੀ ਪਨਿਆਰੀ ਵਾਲੇ ਨੂੰ ਮੁਬਾਰਕਾਂ ਚੁੱਕੇ ਵਾਲੇ ਵੀ ਮੁੰਡੇ ਬਹੁਤ ਤੜਾ ਖੇਡੇ ਵੀ ਸਨਮਾਨ ਆਉਣ ਬਾਈ ਜਗਪਾਲ ਵੱਲੋਂ